50 ਕਿਲੋਮੀਟਰ ਦੂਰ ਕਿਤੇ ਚੌਂਕ 'ਚ ਬਿਠਾਇਆ ਹੁੰਦੇ ਆ। ਇੰਨੇ ਇੱਕ ਕੇਸ ਸਾਨੂੰ ਮਿਲਿਆ ਕੋਵਿਡ ਕੋਵਿਡ ਦੇ ਵਿੱਚ ਸਟੇਸ਼ਨ ਤੇ ਬੈਠਾ ਬੰਦਾ ਤੇ ਉਹ ਟ੍ਰੇਨਾਂ ਬੰਦ ਹੋ ਗਈਆਂ ਸਾਰੀਆਂ ਜੰਮੂ ਤੋਂ ਆਇਆ ਸੀ ਉਹ। ਉੱਥੇ ਇੱਕ ਸਰਦਾਰ ਆਇਆ ਉਹਨੂੰ ਕਹਿੰਦਾ ਵੀ ਚੱਲ ਮੇਰੇ ਨਾਲ ਵੀ ਮੇਰੇ ਕੰਪੈਨ ਦਾ ਡਿਸੀਜਨ ਆ ਵੀ ਤੂੰ ਮੇਰੇ ਨਾਲ ਲਾਲਾ ਮੈਂ ਤੈਨੂੰ 12000 ਰੁਪਏ ਮਹੀਨਾ ਦਵਾਂ। ਉਹਦੇ ਨਾਲ ਉੱਠ ਕੇ ਤੁਰ ਪੈਂਦਾ ਜਾ ਕੇ ਉਹ ਘਰੇ ਉਦੋਂ ਕੰਮ ਕਰਾਉਂਦਾ ਦੋ ਤਿੰਨ ਦਿਨਾਂ ਬਾਅਦ ਉਹਨੂੰ ਪਸ਼ੂ ਵਾਲੇ 'ਚ ਤਾੜ ਦਿੰਦਾ ਵੀ ਗੋਹਾ ਚੱਕ ਚੱਕ ਬਾਹਰ ਸਿੱਟੀ ਚੱਲ। ਉਹ ਵਿਰੋਧ ਕਰਦਾ ਉਹਨੂੰ ਕੁੱਟਦਾ ਮਾਰਦਾ ਉਹਨੂੰ ਉਹ ਇੱਕ ਏਰੀਆ ਉਹਨਾਂ ਕੀ ਜਿਹੜਾ ਉਹਦਾ ਬਾੜਾ ਉਹਦੇ ਵਿੱਚੋਂ ਗੋਹਾ ਚੱਕ ਚੱਕ ਕੇ ਬਾਹਰ ਛੁੱਟੀ ਜਾਂਦਾ ਇੱਕ ਦਿਨ ਉਹ ਕੰਮ ਕਰਨ ਤੋਂ ਮਨਾਂ ਕਰ ਦਿੰਦਾ ਮੈਂ ਕਰਨਾ ਹੀ ਨਹੀਂ ਉਹ ਇੰਨੇ ਗੁੱਸੇ 'ਚ ਆਇਆ ਹੋਇਆ ਉਹਦੇ ਸੱਟ ਮਾਰਦਾ ਲੱਤ ਤੇ ਸੱਬਲ ਮਾਰਦਾ ਉਹਦੀ ਹੱਡੀ ਟੁੱਟ ਜਾਂਦੀ ਲੱਤ ਦੀ ਉਹ ਗਲ ਜਾਂਦੀ ਹੈ ਕੀੜੇ ਪੈਣ ਲੱਗ ਜਾਂਦੇ ਉਹ ਰਾਤ ਨੂੰ 12 ਵਜੇ ਘਰੋਂ ਨਿਕਲਦਾ ਉਹਨੂੰ ਚੱਕਦਾ ਮਰੂਤੀ ਗੱਡੀ ਚ ਆਪਦੀ ਚ ਪਾਉਂਦਾ ਡਿੱਗੀ 'ਚ ਘਮਾਕ ਮੁਕੇ ਉਹਨੂੰ ਕਿਸੇ ਜਗ੍ਹਾ ਤੇ ਛੁੱਟ ਗਿਆ ਉਹ ਪਿੱਖੀ ਵਿੰਡ ਬਸ ਅੱਡੇ ਤੋਂ ਸਾਨੂੰ ਬੱਚਾ ਵੀਰੋ ਮਿਲਦਾ ਅਸੀਂ ਉਹਨੂੰ ਚੱਕ ਕੇ ਲੈ ਕੇ ਆਉਨੇ ਆ ਉਹਨੂੰ ਇਹ ਨਹੀਂ ਪਤਾ ਮੈਂ ਕਿਹੜੇ ਪਿੰਡ ਕੰਮ ਕਰਦਾ ਸੀ ਉਹਨੂੰ ਇਹ ਨਹੀਂ ਇੰਨਾ ਹੀ ਪਤਾ ਸੀ ਭੋਲਾ ਸੀ ਉਹਦਾ ਨਾਂ ਬੰਦਾ ਤੁਸੀਂ ਦੇਖੋ ਉਹ ਤੇ ਤਸ਼ੱਦਦ ਕਿੰਨਾ ਰਿਹਾ ਹੋ 220 ਦੇ ਵਿੱਚ ਕੋਵਿਡ ਆਇਆ ਤੇ 222 ਦੇ ਵਿੱਚ ਉਹ ਬੰਦਾ ਘਰ ਜਾਂਦਾ ਉਹਦੀ ਲੱਤ ਦਾ ਪ੍ਰੇਸ਼ਨ ਹੁੰਦਾ ਉਹ ਠੀਕ ਹੁੰਦਾ ਉਹ ਸਾਡੇ ਕੋਲੋਂ ਵੀ ਜਦੋਂ ਘਰ ਜਾਂਦਾ ਇਲਾਜ ਛੱਡ ਕੇ ਭੱਜ ਗਿਆ ਉਹਦਾ ਇਲਾਜ ਹੋ ਰਿਆ ਸੀ ਲੱਤ ਤੇ ਉਹਦੇ ਸਕੰਜਾ ਲੱਗਿਆ ਹੋਇਆ ਸੀ ਹਸਪੀਟਲ ਅਸੀਂ ਚੈੱਕਅਪ ਕਰਾਉਣ ਜਾਂਦੇ ਆ ਉਹਨੇ ਸਾਨੂੰ ਡਰੈੱਸ ਲਿਖਾਤਾ ਸੀ ਸਾਰਾ ਉਹਨਾਂ ਦੇ ਫੋਨ ਨੰਬਰ ਨਹੀਂ ਸੀ ਕੋਈ ਹੈਗਾ ਵੀ ਇਹਨੂੰ ਫੋਨ ਕਰੀਏ ਆਦੀਵਾਸੀ ਇਲਾਕਾ ਸੀ ਪੁਲਿਸ ਨਾਲ ਵੀ ਅਸੀਂ ਗੱਲ ਕੀਤੀ ਪਰ ਉਹਨੂੰ ਐਡਰੈਸ ਪਤਾ ਸੀ ਸਾਨੂੰ ਪਤਾ ਸੀ ਵੀ ਇਹਦੇ ਠੀਕ ਹੋ ਜੂ ਸਕੰਜਾ ਲੈ ਜੂ ਚਲੇ ਜਾਊਗਾ ਹਸਪੀਟਲ ਚੈੱਕ ਅਪ ਕਰਾਉਣ ਗਏ ਉਹਨੇ ਅੱਖ ਬਚਾ ਕੇ ਹਸਪੀਟਲ ਚੋਂ ਪਿੱਛੇ ਦੀ ਨਿਕਲ ਗਿਆ ਭੱਜ ਗਿਆ ਉਹ ਆਪਣੇ ਘਰ ਪਹੁੰਚ ਕੇ ਉਹਨੇ ਜਾ ਕੇ ਚਿੱਠੀ ਪਾਈ ਸਾਨੂੰ ਵੀ ਮੈਂ ਘਰੇ ਪਹੁੰਚ ਗਿਆ ਜੀ ਤੁਹਾਡਾ ਧੰਨਵਾਦ ਮੈਂ ਠੀਕ ਆ ਮਤਲਬ ਐਸੇ ਲੋਕ ਤੁਸੀਂ ਦੇਖੋ ਕਿੰਨਾ ਕ ਪੈਸਾ ਕਿਸੇ ਨੇ ਬਚਾ ਲਿਆ ਹੋਏ ਇਹਦੇ ਨਾਲ ਬਾਈ ਕਿਹੜੇ ਮਹਿਲ ਮਨਾਰੇ ਪਾ ਲੈਂਦਾ ਕੋਈ ਬੰਦਾ ਕਿਸੇ ਗਰੀਬ ਦੀ ਉਦੀ ਮਜ਼ਦੂਰੀ ਨੂੰ ਨਹੀਂ ਦੇ ਸਕਦਾ ਜਿਹੜਾ ਬੰਦਾ ਉਹ ਕਾਦਾ ਸਰਦਾਰ ਆ ਬਾਈ ਕਾਦਾ ਉਹ ਮਤਲਬ ਕਲੰਕਾ ਇਸਦਾਂ ਦੇ ਬੰਦਾ ਤੁਸੀਂ ਕੋਈ ਕਾਨੂੰਨੀ ਕਾਰਵਾਈ ਵੀ ਕਰਦੇ ਹੋ ਮੈਂ ਵੀ ਨੂੰ ਕਾਨੂੰਨੀ ਕਾਰਵਾਈ ਵੀ ਜਿਵੇਂ ਤੁਸੀਂ ਛਡਾ ਕੇ ਲੈ ਕੇ ਆ ਰਹੇ ਹੋ ਕਿਸੇ ਨੇ ਗਲਤ ਤਰੀਕੇ ਨਾਲ ਰੱਖਿਆ ਹੋਇਆ ਕੋਈ ਘਰ ਦਾ ਹੀ ਮੈਂਬਰ ਹੋਵੇ ਜਾਂ ਕੋਈ ਹੋਰ ਸ਼ਖਸ ਹੋਵੇ ਤਾਂ ਫਿਰ ਕੀ ਪੁਲਿਸ ਨੂੰ ਵੀ ਕੇਸ ਸੌਂਪਦੇ ਹੋ ਕਿ ਨਹੀਂ ਨਹੀਂ ਵੀਰ ਜੀ ਅਸੀਂ ਪਹਿਲਾਂ ਪਹਿਲਾਂ ਕੀਤਾ ਹੈ ਕੰਮ ਸਾਡੇ ਨਾਲ ਤਾਂ ਇਦਾਂ ਹੁੰਦਾ ਸੀ ਇੱਕ ਪਿੰਡ ਅਸੀਂ ਬੰਦਾ ਛਡਾਉਣ ਗਏ ਉਹਦੀ ਮਾਂ ਨਾਲ ਗਈ ਉਹਦਾ ਭਰਾ ਉਹ 17 ਸਾਲਾਂ ਬਾਅਦ ਛਡਾਇਆ ਸੀ ਬੰਦਾ ਪੋਰਸ ਸਾਡੇ ਅਗੇਸ ਸੀ ਉਹ ਕਹਿੰਦੇ ਤੁਸੀਂ ਇਹਨਾਂ ਦੇ ਘਰੇ ਆਏ ਕਿਵੇਂ ਹੋ ਪਿੰਡ ਦਾ ਸਰਪੰਚ ਸਾਡੇ ਅਗੇਸ ਸੀ ਤੁਸੀਂ ਮੇਰੇ ਪਿੰਡ ਚ ਬੜੇ ਕਿਵੇਂ ਹੋ ਚਲੋ ਅਸੀਂ ਉਹਨੂੰ ਛੜਾ ਕੇ ਲੈ ਕੇ ਆਉਨੇ ਆ ਮੈਂ ਜਿਹੜੀ ਤੁਹਾਡੇ ਨਾਲ ਦੋ ਕਿਸੇ ਸਾਂਝੇ ਕੀਤੇ ਕਿਹੜਾ ਉਹਨੇ ਤੁਸੀਂ ਬਾਪੂ ਤੇ ਇਹ ਕਿਹੜਾ ਬਾਪੂ ਗੋਪਾਲ ਜੀ ਦੀ ਅਸੀਂ ਨਾ ਇਹਨਾਂ ਦੀ ਵੀਡੀਓ ਕਿਉਂਕਿ ਉਹਨਾਂ ਨੇ ਛੋਟੇ ਛੋਟੇ ਕੱਦ ਦਾ ਦੋਨਾਂ ਦੇ 4-4 ਫੁੱਟ ਦੇ ਬੜੇ ਮਾਸੂਮ ਬੰਦੇ ਨੇ ਹਨਾ ਉਹਨਾਂ ਦੀ ਵੀਡੀਓ ਦੇਖ ਕੇ ਸਾਨੂੰ ਮੋਗੇ ਦੇ ਇਲਾਕੇ ਦੇ ਸੀ ਦੋਨੇ ਮੋਗੇ ਤੋਂ ਛੜਾਈ ਸੀ ਉਹ ਡੀਸੀ ਸਾਹਿਬ ਦੇ 리ਡਰ ਦਾ ਫੋਨ ਆਉਂਦਾ ਵੀ ਤੁਸੀਂ ਇਹਨਾਂ ਦੀ ਪੈਰਵਾਈ ਕਰੋ ਵਿਨੋਦ ਹੱਕ ਦਬਾਉਣਾ ਆਪਾਂ ਮੈਂ ਕਿਹਾ ਜੀ ਅਸੀਂ ਰੱਬ ਤੇ ਛੱਡ ਦਿੰਦੇ ਆ ਇਸ ਚੀਜ਼ ਦੀ ਸਜ਼ਾ ਅਸੀਂ ਕੌਣ ਦਬਾਉਣ ਵਾਲੇ 40 ਸਾਲ ਦਾ ਉਹਦਾ ਮਤਲਬ ਇਨਤਕਾਮ ਕਿੱਥੋਂ ਕੋਈ ਕੋਰਟ ਲੈ ਦਊਗੀ ਜਾਂ ਉਹਦਾ ਹੱਕ ਕਿਹੜਾ ਦੇ ਦਊਗਾ ਇਹਨਾਂ ਹਨ ਵੀ ਅਸੀਂ ਕਹਿੰਦੇ ਉਹਨਾਂ ਨੇ ਸਾਨੂੰ ਫੋਰਸ ਕੀਤਾ ਹਾਲਾਂਕਿ ਲੁਧਿਆਣੇ ਤੋਂ ਇੱਕ ਰੀਡਰ ਸਾਹਿਬ ਦੀ ਡਿਊਟੀ ਲੱਗ ਗਈ ਸਾਡੇ ਕੋਲੇ ਆਇਆ ਉਹ ਕਹਿੰਦਾ ਬਾਈ ਤੁਸੀਂ ਇੱਕ ਵਾਰੀ ਐਪਲੀਕੇਸ਼ਨ ਦਾਇਰ ਕਰ ਦਿਓ ਵੀ ਬਾਕੀ ਕੇਸ ਅਸੀਂ ਆਪੇ ਦੇਖ ਲਾਂਗੇ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਐਪਲੀਕੇਸ਼ਨ ਦਾਇਰ ਕਰਤੀ 2 ਮਹੀਨੇ ਬਾਅਦ ਤਰੀਕ ਪੈਂਦੀ ਆ ਉਹ ਕਹਿੰਦੇ ਜੀ ਇਹਨੂੰ ਲੈ ਕੇ ਆਉਣਾ ਪੈਣਾ ਬਾਪੂ ਨੂੰ ਉੱਥੇ ਬਾਪੂ ਨੂੰ ਅਸੀਂ ਕਹਿੰਨੇ ਵੀ ਅਸੀਂ ਇੱਥੇ ਗੱਲ ਤੋਂ ਡਰਦੇ ਸੀ ਵੀ ਬਾਪੂ ਜਾਊ ਉਹਦੇ ਸਾਹਮਣੇ ਹੋਊਗਾ ਉਹ ਕਹਿੰਦੇ ਨਹੀਂ ਜੀ ਕੋਈ ਗੱਲ ਨਹੀਂ ਅਸੀਂ ਉੱਥੇ ਗਏ ਉੱਥੇ ਉਹਨੇ ਪੁੱਛਿਆ ਵੀ ਤੈਨੂੰ ਕਿਹਨੇ ਰੱਖਿਆ ਸੀ ਮੁਖਤਿਆਰ ਸਿੰਘ ਨੇ ਅਸੀਂ ਜਾ ਕੇ ਮੈਂ ਸੀ ਤੇ ਮੁਖਤਿਆਰ ਸਿੰਘ ਵੀ ਉੱਥੇ ਸੱਜਿਆ ਹੋਇਆ ਸੀ ਉਹਨੇ ਬਾਪੂ ਨੇ ਮੁਖਤਿਆਰ ਸਿੰਘ ਦੇਖ ਲਿਆ ਭਾਈ ਜੀ 1 ਮਹੀਨਾ ਉਹ ਬੰਦਾ ਟਰੋਮਾ ਚ ਰਿਹਾ ਰੋਂਦਾ ਹੀ ਰਿਹਾ ਉਹਨੂੰ ਐ ਲੱਗਿਆ ਵੀ ਮੈਂ ਅਸੀਂ ਉਹਨੂੰ ਵਾਪਸ ਮੁਖਤਿਆਰ ਸਿੰਘ ਦੇ ਕੋਲ ਛੱਡਣ ਆਏ ਹਾਂ ਸੀਗੇ ਮਤਲਬ ਫਿਰ ਅਸੀਂ ਉਹਦਾ ਮਿਲਿਆ ਕੁਛ ਨਹੀਂ ਸਾਨੂੰ ਉਹਦੀ ਸੈਟਲਮੈਂਟ ਤੇ ਚੱਲੇਗੀ ਗੱਲ ਉਹ ਸਾਨੂੰ ਪੁੱਛਿਆ ਕਰਨ ਫੋਨ ਕਰਕੇ ਵੀ ਇਹ ਲੱਖ ਰੁਪਏ ਦਿੰਦਾ ਲੈ ਲਈਓ ਤਾਂ ਗਰੀਬ ਆ ਉਹ ਕਹਿੰਦਾ ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ 80000 ਲੈ ਲਈਏ ਮਤਲਬ ਸੈਟਲਮੈਂਟਾਂ ਤੇ ਗੱਲ ਚੱਲੇਗੀ ਫਿਰ ਅਸੀਂ ਜਵਾਬ ਦਿੱਤਾ ਅਸੀਂ ਕਦੇ ਵੀ ਕਿਸੇ ਦੀ ਕੰਪਲੇਂਟ ਨਹੀਂ ਦਾਇਰ ਕੀਤੀ ਹਾਂ ਜਿਹਦਾ ਪਰਿਵਾਰ ਲੱਭ ਜਾਂਦਾ ਫਿਰ ਪਰਿਵਾਰ ਲੈਣ ਆ ਜਾਂਦਾ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਇੱਕ ਕੇਸ ਮੈਂ ਦੱਸਿਆ ਬਹੁਤ سارے ਕੇਸ ਆ ਜਿਨ੍ਹਾਂ ਦੇ ਪਰਿਵਾਰ ਲੱਭ ਗਏ ਉਹਨਾਂ ਤੋਂ ਫਿਰ ਅਸੀਂ ਕੇਸ ਜ਼ਰੂਰ ਕਰਵਾਉਂਦੇ ਵੀ ਤੁਸੀਂ ਆਪਣੀ ਫਾਈਟ ਕਰੋ ਫਿਰ ਉਹਦੇ ਵਿੱਚ ਕੀ ਆ ਕੇਸ ਕਰਨ ਤੋਂ ਪਹਿਲਾਂ ਹੀ ਉਹ ਵੀ ਗਰੀਬ ਪਰਿਵਾਰ ਹੁੰਦਾ ਕੋਈ ਵਿੱਚ ਪਰਿਵਾਰ ਦਾ ਮੈਂਬਰ ਪਾ ਕੇ ਕੋਈ ਕਿਸੇ ਨੂੰ ਉਹਨਾਂ ਨੇ ਪੈਸੇ ਦੇ ਦਿੱਤੇ 50000 ਰੁਪਿਆ ਇਦਾਂ ਹੀ ਹੁੰਦਾ ਕਾਨੂੰਨੀ ਤੌਰ ਤੇ ਭਾਈ ਨਹੀਂ ਹੋ ਪਾਇਆ ਕੁਝ ਚਲੋ ਆਪਾਂ ਇੱਕ ਦੋ ਸਵਾਲ ਲਵਾਂਗੇ ਹੋਰ ਜੇ ਕੋਈ ਮੇਰਾ ਹੋਟ ਸਹਿ ਹੋਗੀ ਸਵਾਲ ਪੁੱਛਣਾ ਚਾਹੇ ਪਰ ਮੇਰਾ ਇੱਕ ਹੋਟ ਸਵਾਲ ਹੈ ਲੋਕਾਂ ਦੇ ਜ਼ਿਹਨ ਚ ਵੀ ਹੋਏਗਾ ਤੁਹਾਡਾ ਖੁਦ ਦਾ ਸੋਰਸ ਆਫ ਇਨਕਮ ਕੀ ਹੈ ਮੇਰਾ ਜੀ ਖੁਦ ਦਾ ਸੋਰਸ ਆਫ ਇਨਕਮ ਇਹ ਹੈ ਜੀ ਮੈਂ ਰੋਟੀ ਖਾਣਾ ਜੀ ਵੈਸੇ ਤਾਂ ਹੁਣ ਤੇ ਉਹ ਬਾਬੇ ਉੱਥੇ ਹੀ ਖਾਣਾ ਜੀ ਮੈਂ ਰੋਟੀ ਲੀੜਾ ਕੱਪੜਾ ਗੱਡੀ ਦਾ ਖਰਚਾ ਕਿਉਂਕਿ ਜਾਣਾ ਹੀ ਨਹੀਂ ਕਿਤੇ ਮੈਂ ਆਪਦੀ ਜ਼ਿੰਦਗੀ ਚ ਪਿਛਲੇ 8 ਸਾਲਾਂ ਚ ਪਰਸਨਲ ਜ਼ਿੰਦਗੀ ਦੇ ਵਿੱਚ ਮੈਂ 8 ਦਿਨਾਂ ਲਈ ਵੀ ਮਤਲਬ ਕਿਤੇ ਮਹਿਜ ਗਿਆ ਨਹੀਂ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਫਿਰ ਜਿਹੜੇ ਮੇਰੇ ਬੱਚੇ ਆ ਘਰੇ ਮੇਰੇ ਬ੍ਰਦਰ ਦੋਨੋਂ ਬਾਹਰ ਨੇ ਸਾਡੀਆਂ ਕੁਝ 2016 ਤੋਂ ਪਹਿਲਾਂ ਜਿਹੜੀਆਂ ਸੇਵਿੰਗ ਸੀਗੀਆਂ ਜਾਂ ਕੁਝ ਕੰਮ ਸੀ ਪ੍ਰਾਪਰਟੀ ਲਈ ਹੋਈ ਸੀ ਉਹ ਸੇਲ ਕੀਤੀ ਅੱਗੇ ਲੈ ਲਈ ਪ੍ਰਾਪਰਟੀ ਉਹਦੇ ਨਾਲ ਸਾਡਾ ਘਰ ਚੱਲਦਾ ਜੀ ਮੇਰੇ ਬੱਚੇ ਬੇਟਾ ਪੜਦਾ ਪਲੱਸ 2 ਦੇ ਵਿੱਚ ਬੇਟੀ ਮੇਰੀ ਇੱਥੇ ਬੀਬੀਏ ਕਰਦੀ ਆ ਅੱਜ ਜੁੜੀ ਐਡਮਿਸ਼ਨ ਵਾਸਤੇ ਅਸੀਂ ਆਏ ਸੀ ਇੱਥੇ ਤੇ ਉਹਨਾਂ ਦਾ ਪੜ੍ਹਾਈ ਦਾ ਖਰਚਾ ਉਹ ਪੜ੍ਹ ਕੇ ਪਹਿਲਾਂ ਬੱਚੇ ਕਹਿੰਦੇ ਬੇਟੀ ਕਹਿੰਦੀ ਬਾਹਰ ਜਾਣਾ ਬਾਹਰ ਵਾਸਤੇ ਅਸੀਂ ਕੋਸ਼ਿਸ਼ ਕੀਤੀ ਸੀ ਭਰਾ ਮੇਰੇ ਦੋਨੇ ਕਹਿੰਦੇ ਵੀ ਅਸੀਂ ਸੱਦ ਲੈਨੇ ਆ ਫਿਰ ਉਹਨੇ ਮਨ ਚ ਉਹਦੇ ਪਰਮਾਤਮਾ ਨੇ ਮਿਹਰ ਪਾਈ ਉਹ ਕਹਿੰਦੀ ਮੈਂ ਪਾਪਾ ਤੁਹਾਡੇ ਕੋਈ ਰਹਿ ਕੇ ਸੇਵਾ ਕਰਨੀ ਆ ਵੀ ਮੈਂ ਇੱਥੇ ਹੀ ਰਹਿਣਾ ਮਤਲਬ ਪਰਿਵਾਰ ਦੀ ਪੂਰੀ ਸਪੋਰਟ ਬਹੁਤ ਜੀ ਮੇਰੀ ਬੇਟੀ ਦੇ ਕੋ ਦੋ ਗੱਲਾਂ ਹੁੰਦੀਆਂ ਇੱਕ ਤਾਂ ਸਪੋਰਟ ਹੁੰਦੀ ਹੈ ਤੇ ਦੂਜਾ ਪੁਆਇੰਟ ਉਸ ਦੇ ਵਿੱਚ ਇਹ ਵੀ ਆ ਜਾਂਦਾ ਕਿ ਤੁਸੀਂ ਇੱਕ ਸੈਲੀਬ੍ਰਿਟੀ ਬਣ ਗਏ ਲੋਕ ਤੁਹਾਨੂੰ ਤੁਹਾਡੇ ਚਿਹਰੇ ਤੋਂ ਆਵਾਜ਼ ਤੋਂ ਕੰਮ ਤੋਂ ਵੀਡੀਓ ਤੋਂ ਪਹਿਚਾਣਦੇ ਆ ਉਹ ਬੱਚੇ ਉਸ ਨੂੰ ਜ਼ਿਆਦਾ ਧਿਆਨ ਦੇ ਵਿੱਚ ਰੱਖਦੇ ਨੇ ਜਾਂ ਫਿਰ ਜਿਹੜਾ ਉਹ ਘਰ ਬਣਾਇਆ ਤੁਸੀਂ ਸੁਪਨਿਆਂ ਦਾ ਉੱਥੇ ਮਤਲਬ ਪਰਿਵਾਰ ਆਉਂਦਾ ਉਸ ਸੁਪਨਿਆਂ ਦੇ ਘਰ ਦੇ ਵਿੱਚ ਮੇਰੀ ਸੇਵਾ ਕਰਦਾ ਹੋਵੇ ਤੁਹਾਨੂੰ ਕੋਈ ਕੰਤ ਨਹੀਂ ਆ ਰਹੀ ਤੁਸੀਂ ਕੀੜੇ ਕੱਢ ਰਹੇ ਹੋ ਜਾਂ ਕਿਸ ਦੀ ਸੇਵਾ ਕਰ ਰਹੇ ਹੋ ਟਾਇਲਟ ਸਾਫ਼ ਕਰ ਰਹੇ ਹੋ ਪਰਿਵਾਰ ਦਾ ਉਸ ਦੇ ਉਸ ਨੂੰ ਲੈ ਕੇ ਕਿਵੇਂ ਹੁੰਦਾ ਜਦੋਂ ਜੀ ਅਸੀਂ ਕਿਸੇ ਫੀਮੇਲ ਨੂੰ ਲੈ ਕੇ ਆਉਂਨਾ ਨਾ ਮੈਂਬਰ ਨੂੰ ਮੇਰੀ ਬੇਟੀ ਨਾਲ ਜਾਂਦੀ ਮੇਰੀ ਸਿਸਟਰ ਆ ਮੇਰੀ ਨਾਲ ਜਾਂਦੀ ਉਹੀ ਜਿਹੜੇ ਸਾਡੇ ਕੋਲ ਛੋਟੇ ਬੱਚੇ ਨੇ ਸਾਡੇ ਕੋਲੇ 14 ਬੱਚੀਆਂ ਵਾ ਜਿਹੜੀਆਂ ਕੋਈ 7ਵੇਂ 8ਵੇਂ ਚ ਪੜਦੇ ਕੋਈ ਪਹਿਲੀ ਚ ਕੋਈ ਦੂਜੀ ਚ ਉਹਨਾਂ ਨਾਲ ਮੇਰੀ ਬੇਟੀ ਉੱਥੇ ਹੀ ਅੰਦਰ ਅਸੀਂ ਇੱਕ ਅਲੱਗ ਬਣਾਇਆ ਹੋਇਆ ਸਟੱਡੀ ਵਾਸਤੇ ਵੀ ਤੇ ਰਹਿਣ ਵਾਸਤੇ ਵੀ ਉਹਨਾਂ ਦੇ ਨਾਲ ਉੱਥੇ ਪੈ ਜਾਂਦੀ ਹੈ ਉਹਨਾਂ ਦੇ ਕੋਲੇ ਰਹਿੰਦੀ ਉਹਨਾਂ ਨਾਲ ਇੰਨੇ ਅਟੈਚਮੈਂਟ ਹੈ ਮੇਰੀ ਬੇਟੀ ਦੀ ਉਹਨਾਂ ਕੁੜੀਆਂ ਕਰਕੇ ਮੇਰੀ ਬੇਟੀ ਨੇ ਬਾਹਰ ਜਾਣ ਦਾ ਕੈਨਸਲ ਕੀਤਾ ਵੀ ਮੈਂ ਇਹਨਾਂ ਬੱਚਿਆਂ ਨੂੰ ਪੜ੍ਹਾਉਣਾ ਪਾਪਾ ਮੈਂ ਬੀਬੀਏ ਕਰਕੇ ਮੈਂ ਸਕੂਲ ਬਣਾਉਣਾ ਸਕੂਲ ਦੇ ਵਿੱਚ ਇਹਨਾਂ ਬੱਚਿਆਂ ਕਿਉਂਕਿ ਅਸੀਂ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਇਸ ਟਾਈਮ ਉੱਥੇ ਬੱਚੇ ਪੜ੍ਹਦੇ ਆ ਪਰ ਇੱਕ ਬੱਚਾ ਜਿਹੜਾ ਲੈਵਲ ਆ ਨਾ ਉਹਦਾ ਉਸ ਲੈਵਲ ਤੱਕ ਲੈ ਕੇ ਜਾਣ ਲਈ ਅਜੇ ਆਪਾਂ ਗੱਲ ਕਰੀ ਸਰਕਾਰੀ ਸਕੂਲ No doubt ਬਹੁਤ ਵਧੀਆ ਬਣ ਗਏ ਸਾਡੇ ਪਿੰਡ ਦਾ ਸਕੂਲ ਬਹੁਤ ਵਧੀਆ ਪੜ੍ਹਾਈ ਦੇ ਖੇਤਰ 'ਚ ਬਹੁਤ ਸਪੋਰਟ ਕਰਦੇ ਨੇ ਸਾਡੇ ਟੀਚਰ ਪਰ ਬੱਚਿਆਂ ਦੇ ਜਿਹੜੇ ਉਹ ਸੁਪਨੇ ਆ ਹੁਣ ਮੰਨ ਲਓ ਪਲੱਸ 2 ਤੋਂ ਬਾਅਦ ਅੱਗੇ ਕਾਲਜ ਕਰਨਾ ਤਾਂ ਮੇਰੀ ਬੇਟੀ ਦਾ ਇਹੀ ਸੁਪਨਾ ਵੀ ਮੈਂ ਆਪਣੇ ਇਹਨਾਂ ਬੱਚਿਆਂ ਦੇ ਨਾਲ ਲੈ ਕੇ ਪੜਨਾ ਨਾਲ ਇਹਨਾਂ ਨੂੰ ਮੈਂ ਪੜਾਉਣਾ ਮੇਰੀ ਮਦਰ ਉਹ ਰਹਿੰਦੇ ਉੱਥੇ ਨੇ ਸਾਰਾ ਦਿਨ ਉਹ ਬੀਬੀਆਂਾਂ ਵਾਂ ਜਿਵੇਂ ਤੁਹਾਨੂੰ ਦੱਸਿਆ 160 60 ਬੀਬੀਆਂ ਸਾਡੇ ਕੋਲੇ ਉਹ ਮਾਂ ਮੇਰੀ ਉਹਨਾਂ ਦੇ ਵਿੱਚ ਸਵੇਰੇ ਜਾ ਕੇ ਬੈਠ ਜਾਂਦੀ ਹੈ ਸ਼ਾਮ ਨੂੰ ਘਰੇ ਆਉਂਦੀ ਹੈ ਉਹਨਾਂ ਦੇ ਵਿੱਚ ਹੀ ਰਹਿਣਾ ਕਿਸੇ ਦਾ ਦੁੱਖ ਸੁਣ ਲੈ ਕੇ ਤਕਲੀਫ ਸੁਣ ਲੈ ਮੇਰੀ ਜੇ ਘਰੋਂ ਸਪੋਰਟ ਨਾ ਨਾ ਹੁੰਦੀ ਮੇਰੀ ਵਾਈਫ ਮੰਨ ਲਓ ਇੰਨੀ ਸਪੋਰਟਿਵ ਆ ਫਿਰ ਅਸੀਂ ਇਹ ਸੇਵਾ ਨਹੀਂ ਸੀ ਕਰ ਸਕਦੇ ਜੀ ਕਿਉਂਕਿ ਜੇ ਇੱਕ ਦੋ ਚੀਜ਼ਾਂ ਬੰਦਾ ਰੋਟੀ ਲਈ ਲੜਾਈ ਲੜਦਾ ਜੇ ਘਰੇ ਮੈਨੂੰ ਪ੍ਰੈਸ਼ਰ ਪੈਂਦਾ ਸਾਡੀਆਂ ਆਖਿਵਾਂਸ਼ਾਂ ਪੂਰੀਆਂ ਕਰੋ ਆਜ ਕਰੋ ਸ਼ਾਇਦ ਅਜ ਇਸ ਪਾਸੇ ਨੂੰ ਨਾ ਤੌਰ ਪਾਉਂਦੇ ਘਰੋਂ ਬਹੁਤ ਸਪੋਰਟ ਰਹੀ ਮਾਂ ਦੀ ਮੇਰੇ ਵਾਈਫ ਦੀ ਮੇਰੇ ਪਰਿਵਾਰ ਦੀ ਭੈਣਾ ਭਰਾਵਾਂ ਦੀ ਜਿਹਦੇ ਕਰਕੇ ਅੱਜ ਅਸੀਂ ਇਹ ਸੇਵਾ ਕਰਦੇ ਆਂ ਔਰ ਖਰਚੇ ਕਰਦੇ ਆ ਜਿਹੜੇ ਉਹ ਕੋਈ ਜ਼ਿਆਦਾ ਨਜਾਇਜ਼ ਨਹੀਂ ਅਸੀਂ ਘਰਾਂ ਪੁਰਾਣੇ ਘਰ 'ਚ ਸੀਗੇ ਹੁਣ ਉਹਨੂੰ ਥੋੜਾ ਰੈਨੋਵੇਟ ਕੀਤਾ ਉਸੇ ਘਰ ਦੀ ਛੱਤ ਬਦਲ ਕੇ ਅਸੀਂ ਉਹਨੂੰ ਥੋੜਾ ਠੀਕ ਕੀਤਾ ਖਾਦਾ ਪੀਤਾ ਮੁੱਕਦਾ ਨਹੀਂ ਬਾਈ ਪਰ ਜੇ ਇਕੱਠਾ ਕਰਨ ਤੇ ਆ ਜੀ ਉਹ ਜਿੰਨਾ ਮਰਜ਼ੀ ਕਰ ਲੈ ਬਚਦਾ ਨਹੀਂ ਸਾਡੇ ਕੋਲ ਏਦਾਂ ਦੇ ਕੇਸ ਆ ਜਿਨ੍ਹਾਂ ਦੇ ਘਰੇ ਸੋਨੇ ਦੇ ਚਮਚੇ ਸੀ ਇੱਕ ਮਾਤਾ ਸਾਡੇ ਕੋਲੇ ਮਾਤਾ ਸ਼ਿਮਲਾ ਦੇ ਵੀ ਢੰਡਰੀਆਂ ਪਿੰਡ ਤੋਂ ਲੈ ਕੇ ਸਿੰਘਰੂਰ ਜ਼ਿਲ੍ਹੇ ਤੋਂ ਮਾਤਾ ਦਾ ਜਿਹੜਾ ਸਹਰਾ ਸੀਗਾ ਉਹ 100 ਪਿੰਡਾਂ ਦਾ ਆੜਤੀਆ ਸੀ ਉਹਨਾਂ ਦੇ ਘਰੇ ਸੋਨੇ ਦੀ ਇੱਟ ਹੁੰਦੀ ਸੀ ਤੇ ਸੋਨੇ ਦੇ ਗਹਿਣੇ ਸੋਨੇ ਦੀ ਗਿੜਬੀ ਚ ਉਹਦੇ ਪਾਣੀ ਵਾਰਨੇ ਹੋਏ ਸੀ ਮਾਂ ਦੇ ਜਦੋਂ ਵਿਆਹ ਕੇ ਆਈ ਸੀ ਉਸ ਘਰ ਚ ਸੋਹਣੀ ਸੇਡ ਸੀ ਉਹ ਬੰਦੇ ਦਾ ਨਾਮ ਉਹਦੇ ਦੋ ਪੁੱਤ ਸੀ ਇੱਕ ਨੂੰ ਪੋਲੀਆ ਹੋਇਆ ਸੀ ਅਪਾਹਜ ਸੀ ਇੱਕ ਥੋੜਾ ਸਿੱਧਾ ਸੀ ਉਹਨੇ ਸਿੱਧਾ ਸੀ ਜਿਹੜਾ ਪੁੱਤ ਉਹ ਵਿਆਹ ਲਿਆ ਤੇ ਵਿਆਹ ਕੇ ਨੂੰ ਲਈ ਗਰੀਬ ਘਰ ਦੀ ਇੱਕ ਭਰਾ ਸੀ ਤੇ ਪੰਜ ਭੈਣਾ ਸੀ ਪਲੱਸ 2 ਕਰਾਈ ਫਿਰ ਉਹਨੂੰ ਸਾਰਾ ਬਹੀ ਖਾਤੇ ਦਾ ਹਿਸਾਬ ਸਿਖਾਇਆ ਪਿੰਡਾਂ ਦਾ ਇੰਨੀ ਕਿ ਜ਼ਮੀਨ ਉਹਦੇ ਕੋਲ ਗਹਿਣੇ ਪਈ ਸੀ ਲੋਕਾਂ ਦੀ ਜਾਂ ਵਿਆਜੂ ਪੈਸੇ ਦਿੰਦਾ ਸੀ ਬਹੁਤ ਘਰੇ ਉਹਦੇ ਆੜਤ ਸੀ ਘਰੇ ਉਹਦੇ ਦੀਪੂ ਸੀ ਖੱਦਰ ਦਾ ਦੀਪੂ ਸੀ ਰੋਲ ਦੀ ਆ ਜਿਹੜਾ ਮਿੱਟੀ ਦੇ ਤੇਲ ਦਾ ਡਿੱਪੋ ਸੀ ਬਹੁਤ ਵੱਡਾ ਘਰਾਣਾ ਸੀ ਢੰਡਰੀਆਂ ਪਿੰਡ 'ਚ ਚਵਾਰਾ ਇੱਕ ਉਹਨਾਂ ਦਾ ਸੀ ਸੋਣੀ ਸੀਟ ਦਾ ਚੌਂਕ ਦੇ ਵਿੱਚ ਚਵਾਰਾ ਸੀ ਤੱਕੜ ਲੱਗਿਆ ਸੀਗਾ ਐਡਾ ਤਕੜਾ ਕਾਰੋਬਾਰ ਸੀ ਨੂਹ ਨੂੰ ਸਾਰਾ ਕੰਮ ਸਿਖਾਤਾ ਸੋਣੀ ਸੀਟ ਨੂੰ ਕੋਈ ਬਿਮਾਰੀ ਸੀ ਉਹਨੂੰ ਪਤਾ ਸੀ ਮੈਂ ਤੁਰ ਜਾਣਾ ਉਹਦੀ ਮੌਤ ਹੋ ਜਾਂਦੀ ਹੁਣ ਉਹ ਨੂਹ ਉੱਥੇ ਬੈੰਦੀ ਆੜਤੇ ਲੋਕ ਉਹਦੇ ਘਰ ਵਾਲੇ ਨੂੰ ਚੱਕਥਲ ਕਰ ਦਿੰਦੇ ਆ ਵੀ ਹੋਰ ਇਹਨਾਂ ਗੱਲਾਂ ਕਰਦੀ ਉਹ ਕੁੱਟਦਾ ਰੋਜ਼ ਆ ਜਾ ਕੇ ਜਿਹੜਾ ਉਹਦਾ ਦਿਓਰ ਆ ਪਹਾੜ ਸੀ ਉਹ ਤਾਂ ਲੱਭੇ ਨਹੀਂ ਉਹ ਗਾਇਬ ਹੋ ਗਿਆ ਕਿ ਤੀਰਥ ਤੇ ਗਿਆ ਸੀ ਮੁੜ ਕੇ ਨਹੀਂ ਆਇਆ ਜਿਹੜਾ ਉਹਦੇ ਘਰ ਵਾਲਾ ਸੀ ਉਹ ਉਹਨੂੰ ਕੁੱਟਦਾ ਮਾਰਦਾ ਇੰਨਾ ਕੁੱਟਦਾ ਮਾਰਦਾ ਉਹ ਅਫਸੈਟ ਹੋ ਜਾਂਦੀ ਹੈ ਉਹਦੇ ਭਰਾ ਦੀ ਵੀ ਮੌਤ ਹੋ ਜਾਂਦੀ ਐਕਸੀਡੈਂਟ ਤੇ ਕੁੜੀ ਦੇ ਭੈਣਾ ਗਰੀਬ ਘਰਾਂ ਚ ਬੈਗੀਆਂ ਸੀ ਕੋਈ ਸਪੋਰਟ ਕਰਨ ਵਾਲਾ ਨਹੀਂ ਮਗਰ ਆਉਣ ਵਾਲਾ ਨਹੀਂ ਘਰ ਵਾਲੇ ਦੀ ਵੀ ਮੌਤ ਹੋ ਗਈ ਸੋਣੀ ਸੀਟ ਤੇ ਮੁੰਡੇ ਦੀ ਸੀਤੇ ਦੀ ਇਹ ਇਕੱਲੀ ਰਹਿ ਗਈ 11 ਸਾਲ ਬਾਈ ਉਹ ਐਡੇ ਵੱਡੇ ਹਵੇਲੀ ਨੁਮਾ ਘਰ ਦੇ ਗੇਟ ਦੇ ਉੱਤੇ ਮੰਜਾ ਢਾਕੇ ਬੈਠੀ ਐਡਰੀ ਐਡੀਆਂ ਲੰਬੀਆਂ ਜਟਾਵਾਂ ਉਹਦੇ ਉਦੇ ਮੰਜੇ ਦੇ ਥੱਲੇ ਟਾਇਲਟ ਕਰ ਕਰਕੇ ਉਹਨੇ ਇਦਾਂ ਢੇਰ ਲਾਇਆ ਉਹਦੇ ਮੰਜੇ ਦੇ ਪਾਵੇ ਇੰਨੇ ਇੰਨੇ ਟਾਇਲਟ ਦੇ ਵਿੱਚ ਦੱਬੇ ਹੋਏ ਸੀ ਉਹ ਮੰਜੇ ਤੇ ਉਤਰ ਕੇ ਉੱਥੇ ਟਾਇਲਟ ਕਰਦੀ ਦੂਰ ਨਹੀਂ ਜਾਂਦੀ ਟਾਇਲਟ ਬਣੀ ਸੀ ਹਾਲਾਂਕਿ ਘਰ 'ਚ ਕਿਉਂਕਿ ਜੇ ਉਹ ਜਾਂਦੀ ਸੀ ਤਾਂ ਉਹਦੇ ਘਰ 'ਚ ਉਹਦੇ ਆਸ-ਪਾਸ ਦੇ ਲੋਕ ਜਿਵੇਂ ਬਾਂਦਰ ਕਿਲਾ ਖੇਡਦੇ ਐ ਆਉਂਦੇ ਸੀ ਝਵਟ ਮਾਰ ਕੇ ਉਹਦੇ ਘਰੋਂ ਸਮਾਨ ਚੱਕ ਉਹਦੀਆਂ ਜਿਹੜੀਆਂ ਪੇਟੀਆਂ ਅਲਮਾਰੀਆਂ ਸੀ ਤੋੜਤੀਆਂ ਸੀ ਤਜੋਰੀ ਵਾਲੀਆਂ ਪੇਟੀਆਂ ਸੀ ਸੋਨਾ ਕੱਪੜੇ ਪੇਪਰ ਕਾਗਜ਼ ਸੀ ਜਿਹੜੇ ਜ਼ਮੀਨਾਂ ਦੇ ਸਭ ਕੁਝ ਲੋਕ ਕੱਢ ਕੇ ਲੈ ਗਏ ਪਿੰਡ ਦੇ ਸਰਪੰਚ ਮੂਰਬਾਰਦ ਅਧਿਕਨ ਜਿੱਦਣੇ ਵਿਆਹ ਕੇ ਆਈ ਸੀ ਇਹਦੀ ਸਾਸਤ ਨੇ ਸੋਨੇ ਦੀ ਗੜਬੀ ਚ ਇਹਦੇ ਪਾਣੀ ਵਾਰਨੇ ਕੀਤੇ ਸੀ ਤੇ ਉਹ ਲੇਡੀ ਅੱਜ ਵੀ ਸਾਡੇ ਘਰ ਰਹਿੰਦੀ ਆ ਮਿਲ ਨਹੀਂ ਆਉਂਦਾ 6 ਕਿੱਲੇ ਜ਼ਮੀਨ ਅੱਜ ਵੀ ਉਹਦੇ ਨਾਂ ਤੇ ਬੋਲਦੀ ਆ ਢੰਡਰੀਆਂ ਅੱਡੇ ਚ ਵੱਡੇ ਵੱਡੇ ਦੋ ਸ਼ੋਰੂਮ ਬੰਦ ਕਰਨਾ ਉਹਦੀਆਂ ਵਾ ਉਹਦੇ ਜਿਹੜੇ ਉਹਦਾ ਜਿਹੜਾ ਸਹੁਰਾ ਸੀ ਉਹ ਕੱਲਾ ਹੀ ਸੀ ਭਰਾ ਜਾਨੀ ਕਿ ਉਹਦੇ ਜਿਹੜੇ ਤਾਇਰੇ ਪੁੱਤ ਸੀਗਾ ਉਹਦੇ ਬੱਚਿਆਂ ਨੇ 6 ਕਿੱਲੇ ਜ਼ਮੀਨ ਦੋ ਦੋ ਕਿੱਲੇ ਤਿੰਨਾ ਭਰਾਵਾਂ ਨੇ ਵੰਡ ਲਏ ਤੇ ਜਿਹੜਾ ਘਰ ਚ ਸੋਨਾ ਸਾਨਾ ਸੀ ਸਭ ਕੁਝ ਲੈ ਕੇ ਪੱਟ ਕੇ ਰੋਟੀ ਉਹਨੂੰ ਦਿੰਦੇ ਸੀ ਉਹ ਰੋਟੀ ਗੇਟ ਤੇ ਬੈਠੀ ਦੇ ਦਿਆਉਂਦੇ ਸੀ ਤੁਸੀਂ ਵੀਡੀਓ ਚ ਫੋਟੋਆਂ ਦੇਖਿਓ ਸਾਡੇ ਕੋਲ ਜਿੱਡਾ ਉਹਦੀ ਹਾਈਟ ਸੀ ਓਡੀਆਂ ਹੀ ਉਹਦੀਆਂ ਜਟਾਵਾਆਂ ਸੀ ਸਰੀਰ ਦੇ ਉੱਤੇ ਹੂੰ ਇੱਥੇ ਇੱਥੇ ਤੇਕਰ ਉਹਦੀਆਂ ਜਟਾ ਆਉਂਦੀਆਂ ਸੀ ਵਿਚਾਰੀ ਦੀਆਂ ਸ਼ਿਮਲਾ ਦੇ ਵੀ ਬੇਬੇ ਮਤਲਬ ਸਭ ਕੁਝ ਸੀ ਆ ਬਸ ਤੇ ਜੇ ਮੈਂ ਆਪਣੇ ਬੱਚਿਆਂ ਨੂੰ ਅੱਜ ਦੇ ਵੀ ਦੇਵਾਂ ਕੁਝ ਅੱਜ ਕੱਲ ਤਾਂ ਬਈ ਸਮਾਂ ਇਦਾਂ ਨਾ ਚੱਲਦਾ ਮਹੀਨੇ ਦੋਵਾਂ ਚ ਸਭ ਕੁਝ ਖਤਮ ਹੋ ਜਾਂਦਾ ਨਸ਼ੇ ਇਦਾਂ ਦੇ ਚੱਲ ਪਏ ਦੇਣੇ ਲੈਣੇ ਇੱਥੇ ਪੂਰੇ ਹੋ ਜਾਂਦੇ ਆ ਬਾਪੂ ਗੋਪਾਲ ਜੀ ਜਿਹੜੇ ਮੈਂ ਤੁਹਾਨੂੰ ਦੱਸਿਆ ਛਡਾਏ ਸੀ ਅਸੀਂ ਜਿਹੜੇ ਬੰਦੇ ਨੇ ਉਹਨੂੰ ਰੱਖਿਆ ਸੀ ਮਹਤਿਆਰ ਸਿੰਘ ਚੱਕੀ ਵਾਲੇ ਨੇ ਅੱਜ ਉਹਦੇ ਹਾਲਾਤ ਜੇ ਸਾਡੇ ਪਿੰਡੋਂ ਉਹਨਾਂ ਨੇ ਆ ਕੇ ਦੱਸ ਦਿਆ ਕਹਿੰਦੇ ਯਾਰ ਉਹਨੂੰ ਵੀ ਲੈ ਆਓ ਇੱਥੇ ਜਿਹਨੇ ਉਹ ਚੱਕੀ ਪਾ ਕੇ ਉਹਨੂੰ ਦਿੱਤੀ ਸੀ ਦਿੱਤੀ ਸੀ ਉਹਦੇ ਦੋ ਪੁੱਤ ਹੋਏ ਜਿੱਦਣ ਉਹ ਬਾਪੂ ਨੂੰ ਦਰਬਾਰ ਸਾਹਿਬ ਤੋਂ ਲੈ ਕੇ ਆਉਂਦਾ ਵਾਈਫ ਉਹਦੀ ਪ੍ਰੈਗਨੈਂਟ ਹੋਈ ਸੀ ਉਹਦੀ ਸੁੱਖ ਲਾਉਣ ਗਿਆ ਸੀ ਉਹ ਉਹ 6 ਮਹੀਨਿਆਂ ਦਾ ਹੋ ਕੇ ਮਰ ਗਿਆ ਉਹਦਾ ਪੁੱਤ ਉਹਨੂੰ ਨਹੀਂ ਪਤਾ ਲੱਗਿਆ ਮੈਂ ਦਰਬਾਰ ਸਾਹਿਬ ਤੋਂ ਰੱਬ ਲੈ ਆਇਆ ਜਾਂ ਕੇ ਘਰੇ ਮੰਨ ਲਿਆ ਤੇ ਉਹਨੂੰ ਕੁੱਟ ਕੇ ਗੋਹਾ ਚਕਾਉਣਾ ਤੋਂ ਫਿਰ ਉਹਦੇ ਇੱਕ ਪੁੱਤ ਹੋਰ ਹੁੰਦਾ ਉਹਦੀ ਵੀ ਡੈਥ ਹੋ ਗਈ ਉਹਦੇ ਕੁਝ ਮਹੀਨਿਆਂ ਬਾਅਦ ਫੇਰ ਉਸ ਤੋਂ ਬਾਅਦ ਉਹਦੀ ਵਾਈਫ ਨੂੰ ਕੈਂਸਰ ਹੋ ਜਾਂਦਾ ਉਹਦੀ ਵਾਈਫ ਨੂੰ ਪਤਾ ਲੱਗ ਗਿਆ ਹੀ ਮਾਨ ਤੋਂ ਪਹਿਲਾਂ ਵੀ ਅਸੀਂ ਇਹ ਤਸ਼ੱਦਦ ਕਰ ਰਹੇ ਹਾਂ ਉਹਨੇ ਬੜੀ ਸੇਵਾ ਕੀਤੀ ਬਾਪੂ ਦੀ ਉਹ ਪਰ ਉਹ ਜਲਾਦ ਬੰਦੇ ਨੇ ਨਹੀਂ ਸਮਝੀ ਗੱਲ ਉਹ ਮਰ ਗਈ ਉਹਨੇ ਹੋਰ ਵਿਆਹ ਕਰਾ ਲਿਆ ਉਹ ਜਿਹੜੀ ਦੂਸਰੀ ਵਾਈਫ ਆਈ ਉਹ ਵੀ ਇਹਨੂੰ ਬਹੁਤ ਕੁੱਟਦੀ ਬਾਪੂ ਨੂੰ ਅਸੀਂ ਛਡਾ ਕੇ ਲਿਆਏ ਉਹਦਾ ਘਰ ਵੀ ਬੈਗ ਗਿਆ ਉਹਦੀ ਚੱਕੀ ਵੀ ਬੈਗ ਗਈ ਉਹਦਾ ਜਿਹੜੀ ਉਹਨੇ ਇੱਕ ਬੇਟੀ ਅਡਾਪਟ ਕੀਤੀ ਹੋਈ ਸੀ ਉਹ ਵੀ ਛੱਡ ਕੇ ਚਲੀ ਗਈ ਉਹਨੂੰ ਹੁਣ ਉਹ ਘਰੋਂ ਬੇਕਾਰ ਹੋ ਕੇ ਨਾਲ ਦੇ ਪਿੰਡ 'ਚ ਕਿਤੇ ਬੈਠਾ ਵਕਤ ਕੱਟ ਰਿਹਾ ਇਹ ਜਿਹੇ ਐਗਜ਼ਾਮਪਲ ਆ ਸਾਡੇ ਕੋਲੇ ਹਜ਼ਾਰਾਂ ਹੀ ਆ ਕਿਉਂਕਿ ਅਸੀਂ ਇਹਦੇ ਬਹੁਤ ਨੇੜੇ ਰਹਿੰਦੇ ਆ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਰੋਜ਼ ਵਿਚਰਦੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਅੱਖੀਂ ਦੇਖ ਕੇ ਕੋਈ ਮੱਖੀ ਨਿਕਲ ਸਕਦਾ ਤੇ ਵਾਹਿਗੁਰੂ ਨੇ ਅਰ ਬੀੜ ਦਾ ਇੱਕੋਟ ਸਵਾਲ ਲਈ ਅਸਲ ਦੇ ਵਿੱਚ ਜਿਵੇਂ ਨੇ ਤੁਸੀਂ ਹੁਣ ਗੱਲਾਂ ਕਰ ਰਹੇ ਹੋ ਇਹ ਇੰਟਰਵਿਊ ਬਹੁਤ سارے ਲੋਕ ਦੇਖਣਗੇ ਤਾਂ ਹੋ ਸਕਦਾ ਹੈ ਕਿ ਉਹਨਾਂ ਦਾ ਮਨ ਬਦਲੇ ਜਿਹੜੇ 20 ਸਾਲ ਤੋਂ 25-25 ਸਾਲ ਤੋਂ ਕਿਸੇ ਨੂੰ ਕੰਮ ਕਰਵਾ ਰਹੇ ਆ ਤਸ਼ੱਦਦ ਟਾਰ ਰਹੇ ਆ ਤੇ ਹੁਣ ਉਹ ਚਾਹੁੰਦੇ ਹੁਣ ਕਿ ਸਾਤੋਂ ਕੋਈ ਗਲਤੀ ਹੋ ਗਈ ਸਾਤੋਂ ਪਾਪ ਹੋ ਗਿਆ ਅਸੀਂ ਬਦਲਣਾ ਚਾਹੁੰਦੇ ਆ ਤਾਂ ਤੁਸੀਂ ਉਹਨਾਂ ਦਾ ਸਹਿਯੋਗ ਕਰ ਸਕਦੇ ਹੋ ਜਾਂ ਤਾਂ ਉਹ ਬੰਦੇ ਨੂੰ ਆਪਣੇ ਕੋਲ ਕਿਉਂ ਕਰ ਨੂੰ ਲੱਗਦਾ ਹੈ ਕਿ ਅਸੀਂ ਕਿੱਥੇ ਛੱਡੀਏ ਜਾਂ ਫਿਰ ਉਹਨਾਂ ਨੂੰ ਦੁਬਾਰਾ ਮਲਾਉਣ ਦੇ ਵਿੱਚ ਆਪਣੇ ਪਰਿਵਾਰ ਨੂੰ ਜਿੱਥੋਂ ਆਏ ਨੇ ਮਦਦ ਕਰ ਸਕਦੇ ਹੋ ਤੁਸੀਂ ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਹੋਣਗੇ ਹਾਲੇ ਵੀ ਜਿਨ੍ਹਾਂ ਕੋਲ ਇਸ ਤਰ੍ਹਾਂ ਦੀ ਹੈ ਚੀਜ਼ ਜਿਨ੍ਹਾਂ ਨੇ ਕਿਸੇ ਨੂੰ ਗੁਲਾਮ ਬਣਾਇਆ ਹੋਇਆ ਤੇ ਹੁਣ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਲੱਗਦਾ ਵੀ ਗਲਤੀ ਹੋ ਗਈ ਸਾਤ ਬੀਰ ਜੀ ਰਣਵੀਰ ਵੀਰੇ ਬਹੁਤ ਸਾਰੇ ਸਾਨੂੰ ਲੋਕ ਵੀਡੀਓ ਭੇਜਦੇ ਆ ਫੋਨ ਵੀ ਕਰਦੇ ਆ ਵੀ ਬਾਈ ਅਸੀਂ ਤੁਹਾਡੀ ਵੀਡੀਓ ਦੇਖ ਕੇ ਹੁਣ ਬਦਲ ਗਏ ਹੁਣ ਮੰਨ ਲਓ ਪਿਓ ਨੇ ਰੱਖਿਆ ਸੀ ਉਹਦੇ ਪੁੱਤ ਨੇ ਸੋਚਿਆ ਵੀ ਉਹ ਹੁਣ ਵਧੀਆ ਕੱਪੜੇ ਪਵਾ ਕੇ ਉਹਦੀ ਕੇਰ ਵੀ ਕਰਦੇ ਨੇ ਉਹ ਕੋਸ਼ਿਸ਼ ਵੀ ਕਰਦੇ ਨੇ ਵੀ ਇਹਨਾਂ ਦਾ ਘਰ ਲੱਭ ਕੇ ਅਸੀਂ ਭੇਜੀਏ ਕਿਉਂਕਿ ਅਣਗਵਣ ਲੋਕ ਸਾਨੂੰ ਦੱਸ ਦਿੰਦੇ ਆ ਵੀਡੀਓ ਬਣਾ ਦਿੰਦੇ ਆ ਬੰਦਾ ਡਰ ਵੀ ਜਾਂਦਾ ਸਾਡੇ ਕੋਲੇ ਛੱਡ ਕੇ ਵੀ ਗਏ ਨੇ ਬਹੁਤ ਸਾਰੇ ਬੰਦੇ ਅਸੀਂ ਸਰਕਾਰ ਨੂੰ ਵੀ ਬੇਨਤੀ ਕਰੀ ਸੀ ਵੀ ਕੋਈ ਮੰਨ ਲਓ ਡੀਸੀ ਲੈਵਲ ਤੇ ਸਰਪੰਚਾਂ ਨੂੰ ਚਿੱਠੀਆਂ ਕੱਢੀਆਂ ਜਾਣ ਸਰਪੰਚ ਆਪੋ ਆਪਣੇ ਪਿੰਡਾਂ ਚੋਂ ਬੁਆਇਰਾ ਦੇਣ ਵੀ ਤੁਹਾਡੇ ਪਿੰਡ 'ਚ ਤਾਂ ਨਹੀਂ ਕੋਈ ਇਦਾਂ ਦਾ ਬੰਦਾ ਕੰਮ ਕਰਦਾ ਜਿਹੜਾ ਪਿੰਡ ਦਾ ਵਸਿੰਦਾ ਨਹੀਂ ਹੈਗਾ ਪਰ ਨਹੀਂ ਹੋਇਆ ਕੁਝ ਚਲੋ ਅੱਜ ਤੁਹਾਡੇ ਮੱਦੇਮ ਰਾਈ ਵੀ ਅਸੀਂ ਬੇਨਤੀ ਕਰਦੇ ਆਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਕੰਮ ਵੀ ਕਰ ਰਹੀਆਂ ਅਸੀਂ ਰੱਖਣ ਨੂੰ ਤਿਆਰ ਆਂ ਰੱਖਣਾ ਕੀ ਹੈ ਬਾਈ ਮੋਸਟਲੀ 70% ਬੰਦੇ ਨੇ ਤਾਂ ਘਰ ਹੀ ਲੱਭ ਜਾਣੇ ਆਂ ਸੋਸ਼ਲ ਮੀਡੀਆ ਰਾਈ ਕੋਈ ਵੱਡੀ ਗੱਲ ਜਿਹੜਾ ਬੋਲ ਕੇ ਦੱਸ ਸਕਦਾ ਮੋਸਟਲੀ ਜਿਨ੍ਹਾਂ ਨੂੰ ਆਪਾਂ ਸੋਸ਼ਲ ਮੀਡੀਆ ਤੇ ਦਿਖਾਉਂਦੇ ਆ ਕੋਈ ਪਹਿਚਾਣ ਲੈਂਦਾ ਜਿਹੜੇ ਨਹੀਂ ਕਿਤੇ ਜਾਣਗੇ ਉਹਨਾਂ ਲਈ ਰੋਟੀ ਪਾਣੀ ਪੰਜਾਬ 'ਚ ਕੋਈ ਭੁੱਖਾ ਨਹੀਂ ਮਰਦਾ ਬਾਈ ਅੱਜ ਸਾਡੇ ਕੋਲ 700 ਬੰਦਾ ਅਸੀਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਦੇਖੋ ਅੱਜ 700 ਬੰਦੇ ਦੀ ਸੇਵਾ ਕਰਦੇ ਆ ਟੈਂਟ ਲਾ ਕੇ ਤੰਬੂਆਂ ਤੋਂ ਟਾਬੇ ਤੋਂ ਸ਼ ਹੋ ਸਕਦਾ ਇੱਕ ਦਿਨ 700 ਦੀ ਥਾਂ ਤੇ 7000 ਬੰਦੇ ਦੀ ਕੈਪੈਸਿਟੀ ਬਣ ਜਵੇ ਪਰ ਕੀ ਪੰਜਾਬ ਦੇ ਵਿੱਚ ਫਿਰ ਲੋਡ ਬੰਦਰ ਲਵਾਰਸ ਨਹੀਂ ਹੋਣਗੇ ਸੜਕਾਂ ਤੇ ਗੱਲ ਤੇ ਦਿਨ ਬਦਨ ਵੀ ਇਹ ਰੇਟਾ ਰੇਸ਼ੋ ਹੋਰ ਵੱਧਦੀ ਜਾ ਰਹੀ ਆ ਕਮੀ ਕਿੱਥੇ ਆ ਗਲਤੀ ਕਿੱਥੇ ਗਲਤੀ ਅਵੇਰਨੈਸ ਦੀ ਆ ਗਲਤੀ ਉਸ ਬੰਦੇ ਦੀ ਆ ਜਿਹੜੇ ਬੰਦੇ ਨੇ ਤੁਸੀਂ ਗੱਲ ਕੀਤੀ ਵੀ ਉਹ ਬੰਦਾ ਛੱਡ ਕੇ ਜਾਊਗਾ ਉਹ ਬੰਦਾ ਅਵੇਅਰ ਹੋਵੇ ਉਹਦਾ ਗਵੰਢੀ ਅਵੇਅਰ ਹੋ ਜਵੇ ਵੀ ਯਾਰ ਇਹਨਾਂ ਦੇ ਘਰੇ ਇੰਨੇ ਸਾਲਾਂ ਤੋਂ ਆ ਸਾਨੂੰ ਬੰਦੇ ਮਿਲਦੇ ਆ ਵੀ ਯਾਰ ਮੈਂ ਉਥੋਂ ਛੱਡਦਾ ਸਾਡੇ ਪਿੰਡ ਬੰਦਾ ਫਿਰਦਾ ਜੀ ਕਮਲਾ ਗੋਹੇ ਨਾਲ ਲੱਬੜਿਆ ਹੋਇਆ ਕਿੱਥੋਂ ਆਇਆ ਪਤਾ ਨਹੀਂ ਬਾਅਦ ਚ ਪਤਾ ਲੱਗਦਾ ਕੋਈ ਵੀਡੀਓ ਜਦੋਂ ਸਾਡੀ ਦੇਖਦਾ ਫੋਨ ਕਰਦਾ ਬਾਈ ਉਹ ਬੰਦਾ ਸਾਡੇ ਗਵਾਨ ਚ ਰੱਖਿਆ ਸੀ ਕੁੱਟਦੇ ਸੀ ਬਹੁਤ ਮੇਰੀ ਲਿਹਾਰ ਸੀ ਉਹਨਾਂ ਨਾਲ ਮੈਂ ਸਾਹਮਣੇ ਨਹੀਂ ਆ ਸਕਦਾ ਮੈਂ ਰਾਤ ਨੂੰ ਚੋਰੀ ਉਹਨੂੰ ਛੱਡ ਗਿਆ ਸੀ ਹੁਣ ਥੋਡੇ ਕੋਲੇ ਪਹੁੰਚ ਗਿਆ ਵਧੀਆ ਕੀਤਾ ਯਾਰ ਮੇਰਾ ਕੀਤਾ ਸਫਲ ਹੋ ਗਿਆ ਮਤਲਬ ਉਹ ਲੋਕਾਂ ਦੀ ਕਮੀ ਰਹਿ ਗਈ ਪੰਜਾਬ ਚ ਅੱਜ ਪੰਜਾਬ ਦੇ ਜ਼ਿਆਦਾਤਰ ਲੋਕ ਜਿਹੜੇ ਬੜੇ ਬਹਾਦਰ ਸੀਗੇ ਉਪਤਾ ਨਹੀਂ ਛੋਟੀ ਛੋਟੀ ਗੱਲਾਂ ਤੋਂ ਡਰੀ ਜਾਂਦੇ ਯਾਰ ਮੇਰੇ ਤੇ ਉਲਟਾ ਨਾ ਪੈ ਜਾਏ ਕਿਤੇ ਮੇਰੇ ਤੇ ਕੋਈ ਕੇਸ ਨਾ ਕਰ ਦੇਵੇ ਕੋਈ ਮੇਰੇ ਤੇ ਨਾ ਬਲੇਮ ਕਰ ਦੇਵੇ ਜਿਵੇਂ ਆਪਾਂ ਐਕਸੀਡੈਂਟ ਪਏ ਬੰਦੇ ਨੂੰ ਡਰਦੇ ਆ ਚੱਕਣ ਤੋਂ ਮੇਰੇ ਉਲਟਨਾ ਹੋ ਜਾਵੇ ਉਵੇਂ ਅੱਜ ਪਿੰਡਾਂ ਦੇ ਵਿੱਚ ਲੋਕ ਕਿਸੇ ਅਣਗਵਾਨ ਕੁਝ ਗਲਤ ਹੋ ਰਿਹਾ ਕਿਸੇ ਦਾ ਪੁੱਤ ਅਫਸਰਟਾ ਬੰਨਿਆ ਹੋਇਆ ਸੰਗਲਣਾ ਅਲਾ ਕਹਿੰਦਾ ਜੇ ਮੈਂ ਦੱਸੂਗਾ ਮੈਨੂੰ ਗਲਪਿਆਂ ਢੋਲਣਾ ਵਜਾਉਣਾ ਪੈ ਜਾਵੇ ਫਿਰ ਇਸੇ ਕਰਕੇ ਅੱਜ ਲੋਕ ਥੋੜੇ ਜਿਹਾ ਜ਼ਿਆਦਾ ਖੁੱਲ ਕੇ ਇਦਾਂ ਦੇ ਕੰਮਾਂ ਦੇ ਵਿੱਚ ਅੱਗੇ ਆ ਗਿਆ ਪਰ ਜੇ ਉਹ ਕਰਨ ਅਸੀਂ ਜਰੂਰ ਸਪੋਰਟ ਕਰਾਂਗੇ ਕੋਸ਼ਿਸ਼ ਕਰਾਂਗੇ ਉਹਨਾਂ ਦੇ ਘਰ ਲੱਭੀਏ ਤੇ ਉਹਨਾਂ ਨੂੰ ਘਰਾਂ ਤੱਕ ਪਹੁੰਚਾਈਏ। ਮਨਪ੍ਰੀਤ ਜੀ ਇਹਨਾਂ ਨੇ ਵੀ ਸਵਾਲ ਪੁੱਛਣਾ। ਵੈਸੇ ਤਾਂ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ ਮਨੁੱਖਤਾ ਦੀ ਸੇਵਾ ਬਹੁਤ ਵੱਡੀ ਸੇਵਾ ਹੈ। ਗੁਰੂ ਮਹਾਰਾਜ ਦੀ ਬੜੀ ਕਿਰਪਾ ਵੀ ਹੈ ਤੁਹਾਡੇ ਤੇ। ਪਰ ਫਿਰ ਵੀ ਇਹ ਜਾਨਣਾ ਚਾਹੁੰਨੀ ਆਂ ਵੀ ਜੋ ਤੁਸੀਂ ਸੇਵਾ ਕਰਦੇ ਹੋ ਤਾਂ ਜਗ ਜ਼ਾਹਿਰ ਹੈ। ਵੀਡੀਓਜ਼ ਆ ਰਹੀਆਂ ਨੇ ਸਭ ਕੁਝ ਸਾਹਦੇ ਸਾਹਮਣੇ ਆ। ਪਰ ਕਦੀ ਇਦਾਂ ਦੀ ਸਿਚੁਏਸ਼ਨ ਆਈ ਹੋਵੇ ਕਿ ਤੁਹਾਨੂੰ ਮਦਦ ਲਈ ਫੋਨ ਆਇਆ ਤੁਸੀਂ ਜਦ ਤੱਕ ਪਹੁੰਚੇ ਤਾਂ ਦੇਰ ਹੋ ਚੁੱਕੀ ਹੋਵੇ। ਬੇਵੱਸ ਮਹਿਸੂਸ ਕੀਤਾ ਹੋਵੇ ਆਪਣੇ ਆਪ ਨੂੰ ਕਿਸੇ ਹੋਰ ਦੀ ਮਦਦ ਲੈਣੀ ਪਈ ਹੋਵੇ ਇਦਾਂ ਦੀ ਸਿਚੁਏਸ਼ਨ 'ਚ ਸੰਸਥਾ ਕੀ ਕਰਦੀ ਹੈ ਬਹੁਤ ਵਾਰ ਭੈਣੇ ਦੇਖੋ ਅਸਲ 'ਚ ਨਾ ਅਸੀਂ ਇਹ ਸਾਰਾ ਕੁਝ ਕਰਦਿਆਂ ਕਰਦੇ ਆ ਇਸ ਚੀਜ਼ ਨੂੰ ਤਾਂ ਮੰਨਦੇ ਆ ਵੀ ਇਹ ਕੋਈ ਹੋਰ ਤਾਕਤ ਕਰ ਰਹੀ ਅਸੀਂ ਨਹੀਂ ਕਰ ਰਹੇ ਇਹ ਹੋ ਰਿਹਾ 700 ਬੰਦਾ ਜਿਹੜਾ ਸਾਡੇ ਕੋਲ ਰਹਿ ਰਿਹਾ ਮੋਸਟਲੀ ਉਹਦੇ ਵਿੱਚੋਂ ਕਰੀਬ 4 450 ਬੰਦੇ ਮੈਂਟਲੀ ਅਫਸੈਟ ਸੀ ਜਿਹੜੇ ਸੰਗਲਾਂਾ ਬੰਨੇ ਹੋ ਸੀ 100 ਦੇ ਕਰੀਬ ਉਹ ਨੇ ਸਾਡੇ ਕੋਲ 6 ਬੰਦੇ ਇਦਾਂ ਦੇ ਨੇ ਜਿਨ੍ਹਾਂ ਨੇ ਮਰਡਰ ਕੀਤੇ ਨੇ ਕਹਿੰਦੇ ਆਪਣੀ ਮਾਂ ਨੂੰ ਮਾਰਿਆ ਕਹਿੰਦੇ ਦਾਦੀ ਨੂੰ ਇਦਾਂ ਉਹ ਬੰਦੇ ਸਾਡੇ ਕੋਲ ਰਹਿ ਕੇ ਸੇਵਾ ਕਰਾ ਰਹੇ ਨੇ ਸ਼ਾਂਤ ਨੇ ਇਹਦਾ ਮਤਲਬ ਅਸੀਂ ਨਹੀਂ ਕਰ ਰਹੇ ਹੋ ਰਿਹਾ ਸਾਨੂੰ ਲੋਕ ਕਾਲ ਕਰਦੇ ਨੇ ਸਾ ਤੋਂ ਉੱਥੇ ਜਾਣਾ ਲੈ ਕੇ ਆਉਣਾ ਇਹ ਸਾਡੇ ਬਸ ਦੀ ਗੱਲ ਹੀ ਨਹੀਂ ਇਹ ਤਾਂ ਉਹਦੇ ਜਿਹੜਾ ਅਨਜਲ ਮੈਂ ਇਸ ਗੱਲ ਤੇ ਬਲੀਵ ਕਰਦਾ ਸੀ ਜਾਈਦਾ ਸਾਡੇ ਜਾਣ ਤੋਂ ਪਹਿਲਾਂ ਬੰਦੇ ਦੀ ਮੌਤ ਹੋ ਜਾਂਦੀ ਹੈ ਜਾਈਦਾ ਮੂਹਰਲਾ ਬੰਦਾ ਜਾਣ ਤੋਂ ਪਹਿਲਾਂ ਹੀ ਸਾਨੂੰ ਗਾਲਾਂ ਕੱਢਦਾ ਮੈਂ ਤੁਹਾਨੂੰ 5 ਦਿਨ ਹੋ ਗਏ ਫੋਨ ਕਰਦੇ ਨੂੰ ਬੰਦਾ ਮਰ ਗਿਆ ਤੁਸੀਂ ਆਏ ਹੀ ਨਹੀਂ ਲੈਣ ਮਤਲਬ ਉੱਥੇ ਦੋਸ਼ੀ ਕੌਣ ਆ ਜੀ ਦੋਸ਼ੀ ਤਾਂ ਉੱਥੇ ਉਹ ਸਮਾਜ ਆ ਜਿਹੜਾ ਉਹਦੇ ਕੋਲ ਦੀ ਨੰਗਦਾ ਹੀ ਠੁੱਕ ਕੇ ਸਾਡੇ ਕੋਲੇ ਇਦਾਂ ਦੇ ਕੇਸ ਆ ਹੀ ਲੈ ਕੇ ਆਉਣੇ ਸਿਰ ਚ ਕੀੜੇ ਪਏ ਲੋਕ ਉਹਦੇ ਕੋਲ ਦੀ ਨੰਗਦੇ ਨੱਕ ਤੇ ਹੱਥ ਰੱਖ ਕੇ ਠੁੱਕ ਕੇ ਨੰਗੇ ਆਉਂਦੇ ਕੋਲ ਦੀ ਉਹ ਦੋਸ਼ੀ ਨੇ ਸਾਰੇ ਲੋਕ ਜਿਹੜੇ ਦੇਖ ਕੇ ਨਿਕਲ ਰਹੇ ਨੇ ਅੱਜ ਤਾਂ ਬੰਦਾ ਇੰਨਾ ਜ਼ਿਆਦਾ ਗਿਰ ਗਿਆ ਥੱਲੇ ਸਾਡੇ ਕੋਲੇ ਇੱਕ ਕੇਸ ਆ 14 ਸਾਲ ਦੀ ਬੇਟੀ ਜੀ ਮੈਂ ਪਲੀਜ਼ ਇਹ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਖੁਸ਼ੀ ਉਹਦਾ ਨਾਮ ਸਾਡੇ ਕੋਲੇ ਅੱਜ ਤੋਂ 4 ਮਹੀਨੇ ਪਹਿਲਾਂ ਪਹੁੰਚਦੀ ਆ ਰੋਈ ਜਾਂਦੀ ਆ ਬਾਹਰ ਬੈਠੀ ਅਸੀਂ ਉਹਨੂੰ ਪੁੱਛਦੇ ਆ ਉਹ ਕਹਿੰਦੀ ਵੀ ਵੀਰੇ ਮੇਰੇ ਮੰਮੀ ਪਾਪਾ ਹਿੰਦੀ ਚ ਬੋਲਦੀ ਉਹ ਵੀ ਮਾਂ-ਬਾਪ ਦੀ ਮੇਰੀ ਡੈਥ ਹੋ ਗਈ ਮੇਰੀ ਬੂਆ ਨੇ ਮੈਨੂੰ ਵਿਆਹਤਾ ਤੇ ਮੇਰੇ ਘਰ ਵਾਲੇ ਦੀ ਉਮਰ ਮੇਰੇ ਤੋਂ 2 ਗੁਣਾ ਵੱਧਾ ਮੈਂ ਪ੍ਰੈਗਨੈਂਟ ਹੋ ਗਈ ਹੁਣ ਮੈਨੂੰ ਕੁੱਟਦਾ ਬਹੁਤ ਜ਼ਿਆਦਾ ਕਾਰਨ ਪੁੱਛਦੀਆਂ ਕਾਰਨ ਵੀ ਨਹੀਂ ਦੱਸਦਾ ਮੈਨੂੰ ਇੰਨਾ ਕੁੱਟਦਾ ਮੈਂ 2-3 ਵਾਰੀ ਘਰੋਂ ਭੱਜਿਆ ਮੈਂ ਫੇਰ ਵਾਪਸ ਮੁੜ ਜਾਨੀ ਆ ਬਾਹਰ ਮੈਨੂੰ ਲੋਕ ਖਾਣ ਪੈਂਦੇ ਨੇ ਵੀ ਇਸ ਵਾਰ ਮੈਂ ਘਰੋਂ ਨਿਕਲੀ ਤਾਂ ਮੈਨੂੰ ਇੱਕ ਬੰਦਾ ਮਿਲਿਆ ਮੈਂ ਉਹਨੂੰ ਦੱਸੀ ਗੱਲ ਤੇ ਉਹਨੇ ਮੈਨੂੰ ਤੁਹਾਡੀ ਪਰਚੀ ਤੇ ਮਨੁੱਖਤਾ ਦੀ ਸੇਵਾ ਤੇ ਨੰਬਰ ਲਿਖਿਆ ਜੀ ਮੈਨੂੰ ਇੱ ਅਸੀਂ ਉਹ ਬੱਚੀ ਨੂੰ ਅੰਦਰ ਲੈ ਕੇ ਜਾਂਦੇ ਆ ਟੈਸਟ ਕਰਾਉਣੇ ਆ ਉਹ ਕਰੀਬ 3.5 3 ਮਹੀਨਿਆਂ ਦੀ ਪ੍ਰੈਗਨੈਂਟ ਆ ਬੱਚੀ ਤੇ ਉਹਦੀ ਉਮਰ 14 ਸਾਲ ਹਸਪੀਟਲ ਚ ਚੈੱਕ ਅਪ ਹੁੰਦੇ ਆ ਟੈਸਟ ਹੋਣੇ ਸ਼ੁਰੂ ਹੁੰਦੇ ਆ ਔਰ ਇਹ ਘਰ ਵਾਲੇ ਤੇਕਰ ਸੰਪਰਕ ਕਰਦੇ ਆ 12 13 ਦਿਨ ਲੱਗ ਜਾਂਦੇ ਉਹਨੂੰ ਲੱਭ ਕੇ ਲਿਆਉਨੇ ਆ ਅਸੀਂ ਮਹਿੰਦੀ ਹਸਨ ਉਹਦਾ ਨਾਮ ਬੇਟੀ ਇੰਨੀ ਡਿਪਰੈਸਡ ਰੋਂਦੀ ਆ ਤੜਫਦੀ ਆ ਉਸੇ ਘਰ ਵਾਲੇ ਤੋਂ ਕੁੱਟ ਖਾਂਦੀ ਉਹਨੂੰ ਯਾਦ ਵੀ ਕਰਦੀ ਆ ਕਿਉਂਕਿ ਬੱਚੀ ਸੀ ਅਟੈਚ ਵੀ ਸੀ ਕਿਤੇ ਨਾ ਕਿਤੇ ਉਹਦੇ ਨਾਲ ਤੇ ਉਹ ਆਉਂਦਾ ਸ਼ਰਾਬ ਦਾ ਆਦੀ ਸੀ 2 ਘੰਟੇ ਰੁਕਦਾ ਭੱਜ ਜਾਂਦਾ ਚਲੇ ਜਾਂਦਾ ਕਹਿੰਦਾ ਜੀ ਮੈਂ ਨਹੀਂ ਰਹਿ ਸਕਦਾ ਇੱਥੇ ਬੱਚੀ ਦਾ ਲਾਸ਼ ਸ਼ੁਰੂ ਹੋ ਜਾਂਦਾ ਡੇਢ ਮਹੀਨੇ ਬਾਅਦ ਉਹਦੇ ਲਿਵਰ ਪੇਨ ਸ਼ੁਰੂ ਹੁੰਦੀ ਆ ਡਾਕਟਰ ਕਹਿੰਦੇ ਵੀ ਹਜੇ 5 5.5 ਮਹੀਨੇ ਦਾ ਬੱਚਾ ਵੀ ਇਹਨੂੰ ਲਿਵਰ ਪੇਨ ਨੂੰ ਰੋਕਣ ਲਈ ਇੰਜੈਕਸ਼ਨ ਲਾਉਂਦੇ ਨੇ ਤਿੰਨ ਵਾਰ ਉਹਦੇ ਲਿਵਰ ਪੇਨ ਹੁੰਦੇ ਤਿੰਨ ਵਾਰ ਡਾਕਟਰ ਉਹਦੀ ਲਿਵਰ ਪੇਨ ਰੋਕ ਲੈਂਦੇ ਕਰਦੇ ਕਰਦੇ 6.5 ਮਹੀਨੇ ਤੱਕ ਚਲੇਗੀ ਗੱਲ ਜਦੋਂ 6.5 ਮਹੀਨੇ ਦੀ ਪ੍ਰੈਗਨਸੀ ਹੋ ਜਾਂਦੀ ਆ ਤੇ ਉਹਦੇ ਮੰਨ ਲਓ Pregnancy ਕਰਨੀ ਡਾਕਟਰ ਕਹਿੰਦੇ ਜ਼ਰੂਰੀ ਹੈ ਜਨ ਤਾਂ ਇਹਦੀ ਮੌਤ ਹੋ ਜੂਗੀ ਨਹੀਂ ਤਾਂ ਕੁੜੀ ਦੀ ਆਪਰੇਟ ਹੁੰਦਾ ਬੱਚਾ ਹੋ ਜਾਂਦਾ ਉਹਦੇ ਘਰ ਵਾਲੇ ਨੂੰ ਲੱਭਦੇ ਆ ਲੈ ਕੇ ਆਉਂਦੇ ਆ ਹਸਪੀਟਲ ਆਉਂਦਾ ਸਾਨੂੰ ਵੀ ਮੀਰਸੀ ਵੀ ਜੇ ਬੇਟੀ ਹੋ ਗਈ ਨਹੀਂ ਆਉਂਦਾ ਜੇ ਬੇਟਾ ਹੋ ਗਿਆ ਕਿਤੇ ਸੀ ਚਾਂਸ ਵੀ ਆਜੂ ਆਉਂਦਾ ਆ ਕੇ ਬੇਟੇ ਨੂੰ ਦੇਖਦਾ ਮਸ਼ੀਨਾਂ ਚ ਲੱਗੇ ਨੂੰ ਸਾਹ ਮਸ਼ੀਨਾਂ ਨਾਲ ਲੈ ਰਿਆ 780 ਗ੍ਰਾਮ ਬੇਟ ਸੀ ਬੱਚੇ ਦਾ ਉਹ ਦੇਖ ਕੇ ਖੁਸ਼ ਹੋ ਜਾਂਦੀ ਹੈ ਵੀ ਮੇਰਾ ਘਰ ਵਾਲਾ ਆ ਗਿਆ ਉਹ ਸ਼ਾਂਤ ਕਰ ਹਸਪਤਲ ਤੋਂ ਫੇਰ ਗਾਇਬ ਹੋ ਜਾਂਦਾ ਬੱਚਾ 24 ਦਿਨ ਮਸ਼ੀਨਾਂ 'ਚ ਸੈਕਦਾ ਰਹਿੰਦਾ ਇੱਕ ਤਰੀਕੇ ਨੂੰ 1 ਅਗਸਤ ਨੂੰ ਜਨਮ ਹੁੰਦਾ 24 ਅਗਸਤ ਨੂੰ ਬੱਚੇ ਦੀ ਡੈਥ ਹੋ ਗਈ ਸਾਡੇ ਕੋਲ ਤੇ 18 ਅਗਸਤ ਨੂੰ ਅਸੀਂ ਉਹਨੂੰ ਲੱਭ ਕੇ ਲਿਆਉਨੇ ਆ ਅਸੀਂ ਅੰਦਰ ਤਾੜ ਲੈਣੇ ਆ ਤਾੜਨ ਦਾ ਮਤਲਬ ਵੀ ਸੁਪਨਿਆਂ ਦੇ ਘਰ ਅੰਦਰ ਬਿਠਾ ਲੈ ਸਿਕਿਉਰਿਟੀ ਵਾਲਿਆਂ ਨੂੰ ਕਹਿੰਦਾ ਵੀ ਇਹਨੂੰ ਬਾਹਰ ਨਹੀਂ ਜਾਣ ਦੇਣਾ ਤੇ ਰੋਟੀ ਪਾਣੀ ਉਹਨੂੰ ਅੰਦਰ ਹੀ ਬੈਠ ਉਹਦੇ ਕੋਲੇ ਆਪਣੀ ਵਾਈਫ ਦੇ ਬੈਠਾ ਹੋ 24 ਤਰੀਕ ਨੂੰ ਸਾਨੂੰ ਕਾਲ ਆਉਂਦੀ ਤੜਕਿਓ 1 ਵਜੇ ਵੀ ਬੱਚਾ ਇਵਾਨ ਉਨੇ ਬੇਟੀ ਨਾ ਰੱਖਿਆ ਆਪਣੇ ਬੇਟੇ ਦਾ ਮੁਹੰਮਦ ਇਵਾਨ ਮਲਿਕ ਮਲਿਕ ਉਹਦੇ ਬਾਪ ਦਾ ਨਾਮ ਸੀਗਾ ਉਹਨੇ ਉਹ ਨਾਮ ਦਿੱਤਾ ਮੁਹੰਮਦ ਇਵਾਨ ਮਲਿਕ ਇਵਾਨ ਦੀ ਡੈਥ ਹੋ ਗਈ ਜੀ ਕਹਿੰਦੇ ਸਵੇਰੋਂ ਉੱਠੇ ਅਸੀਂ ਥੋੜਾ ਟਾਈਮ ਨਾਲ ਬੱਚੀ ਨੂੰ ਰੋਟੀ ਪਾਣੀ ਖਵਾ ਕੇ ਦੋਨਾਂ ਨੂੰ ਦੱਸਿਆ ਉਹ ਬੇਹੋਸ਼ ਹੋਣ ਲੱਗੀ ਜਦੋਂ ਉੱਠਿਆ ਕਰੇ ਮੜਾ ਰੋਇਆ ਕਰੇ ਬੇਹੋਸ਼ ਹੋ ਜਾਇਆ ਕਰੇ 14 ਸਾਲ ਦੀ ਬੱਚੀ ਜਿਹੜੀ ਖੁਦ ਬੱਚੀ ਸੀ ਉਹਦੇ ਬੱਚਾ ਹੋ ਗਿਆ ਅੱਗੋਂ ਅਸੀਂ ਪੁਲਿਸ ਕੇਸ ਵੀ ਪੁਲਿਸ ਆਈ ਬਿਆਨ ਲੈ ਕੇ ਗਈ ਆ ਅਜੇ ਉਹਦਾ ਵਿਚੇ ਸੀ ਉਹਦੇ ਘਰ ਵਾਲਿਆਂ ਨੂੰ ਲੈ ਕੇ ਅਸੀਂ ਹਸਪੀਟਲ ਜਾਂਦੇ ਡੈੱਡ ਬਾਡੀ ਲੈਣ ਕਬਰਸਤਾਨ 'ਚ ਸੰਪਰਕ ਕਰਦੇ ਆ ਵੀ ਇਹਨੂੰ ਬੱਚੇ ਨੂੰ ਦਫਨਾਉਣਾ ਵਾ ਕਬਰਸਤਾਨ ਵਾਲਿਆਂ ਨੇ ਸਾਨੂੰ 1 ਵਜੇ ਦਾ ਟਾਈਮ ਦਿੱਤਾ ਵੀ ਤੁਸੀਂ ਆ ਜਿਓ ਹਸਪੀਟਲ ਜਾ ਕੇ ਡਾਕਟਰ ਦੇ ਰੂਮ 'ਚ ਵੜਦੇ ਆ ਪਿੱਛੇ ਡਾਕਟਰ ਕਹਿੰਦਾ ਵੀ ਇਹਦੇ ਹਸਬੰਦ ਕਿੱਥੇ ਹਨ ਉਹਨੂੰ ਬਲਾਓ ਵੀ ਸਾਈਨ ਕਰਾਉਣੇ ਜੋ ਪਿੱਛੇ ਦੇਖਦੇ ਹਾਂ ਨਹੀਂ ਲੱਭਦੇ ਆ ਕਿਤੇ ਨਹੀਂ ਲੱਭਦਾ ਹਸਪੀਟਲ ਦੇ ਸੀਸੀਟੀਵੀ ਕੈਮਰੇ ਚੈੱਕ ਕਰਦੇ ਆ ਤੌਰ 'ਤੇ ਜ ਪਤਾ ਲੱਗਦਾ ਵੀ ਹਸਪੀਟਲ ਜਦੋਂ ਸਾਡੇ ਨਾਲ ਅੰਦਰ ਵੜਿਆ ਉਹਨੇ ਜੋ ਦੇਖਿਆ ਸੀ ਬਿਜ਼ੀ ਹੋ ਕੇ ਗੱਲਾਂ ਕਰਨ ਲੱਗ ਗਿਆ ਪਿੱਛੋਂ ਨਿਕਲ ਗਿਆ ਆ ਕੇ ਜਿੱਥੇ ਵੇਟਿੰਗ ਰੂਮ ਸੀ ਉੱਥੇ ਉਹਨਾਂ ਦੇ ਵਿੱਚ ਆ ਕੇ ਬਹਿ ਜਾਂਦਾ ਅਸੀਂ ਕੈਮਰੇ ਚ ਆਸੇ-ਪਾਸੇ ਲੱਭਦੇ ਫਿਰਦੇ ਹਾਂ ਉੱਥੇ ਨੀਵੀਂ ਪਾਈ ਬੈਠਾ ਜਦੋਂ ਅਸੀਂ ਲੱਭਦੇ ਲੱਭਦੇ ਦੂਜੇ ਪਾਸੇ ਚਲੇ ਜਾਂਦੇ ਤਾਂ ਭੱਜ ਜਾਂਦਾ ਉਹ ਆਪਣੇ ਮਰੇ ਪਏ ਬੱਚੇ ਨੂੰ ਛੱਡ ਕੇ ਭੱਜ ਗਿਆ ਦੇਖੋ ਕਿੱਡੀ ਇਸ ਤੋਂ ਵੱਧ ਮਾੜਾ ਸਮਾਂ ਹੋਰ ਕੀ ਹੋ ਸਾਡੇ ਤੇ ਇੰਨੇ ਜ਼ਿਆਦਾ ਅਸੀਂ ਗਰਕ ਗਏ ਹਾਂ ਵੀ ਅਸੀਂ ਆਪਣੀ ਇਸ ਜ਼ਿੰਮੇਵਾਰੀ ਤੋਂ ਵੀ ਮਨਕਰ ਹੋ ਗਏ ਔਰ ਉਹਦੀ ਭੂਆ ਜਿਹਨੇ ਉਹਨੂੰ ਵਿਆਹਾ ਸੀ ਉਹ ਕਹਿੰਦੀ ਉਹ ਕਹਿੰਦੀ ਮੈਂ ਵਿਆਹਾ ਮੈਂ ਕਹਿੰਦੀ ਇਹਦਾ ਮਤਲਬ ਕੀ ਕਹਿੰਦੇ ਆ ਮਤਲਬ ਨਿਕਾਹ ਕੀਤਾ ਸੀ ਉਹਦੇ ਚ ਕੁਝ ਹੋਰ ਕਹਿੰਦੇ ਵੀ ਉਹ ਲੈ ਕੇ ਉਹਨੇ ਉਹਦਾ ਵਿਆਹ ਕਰਤਾ ਬੱਚੀ ਦਾ ਮਾਂ ਪਿਓ ਮਰੇ ਹੋਏ ਸੀ ਹੁਣ ਉਹਦੀ ਬੱਚੀ ਦੀ ਜ਼ਿੰਦਗੀ ਦੇ ਵਿੱਚ ਅੱਗੋਂ ਕੋਈ ਉਹਦੇ ਮੂਹਰੇ ਖੜਨ ਵਾਲਾ ਨਹੀਂ ਸਾਡੇ ਕੋਲ ਇੱਕ ਬੱਚੀਆਂ ਨਿੱਕੀਆਂ ਨਿੱਕੀਆਂ ਜਿਹਦੇ ਮਾਂ ਬਾਪ ਚਿੱਟਾ ਲਾਉਂਦੇ ਸੀਗੇ ਉਹਦੀਆਂ ਭੂਆ ਮਾਸੀਆਂ ਚਾਚੀਆਂ ਤਾਈਆਂ ਮਤਲਬ ਐਡਾ ਵੱਡਾ ਰਿਸ਼ਤੇਦਾਰੀਆਂ ਦਾ ਕਨਵਾ ਕੋਈ ਅੱਗੇ ਆਉਣ ਵਾਲਾ ਨਿਸ਼ੀਟਿਵ ਲੈਣ ਵਾਲਾ ਨਹੀਂ ਹੁਣ ਜੀ ਅਸੀਂ ਉਹ ਇਕੱਲੇ ਸਾਰਾ ਕੁਝ ਕਰੀਏ ਕਈ ਵਾਰੀ ਬਹੁਤ ਸਾਰੇ ਕੇਸ ਐਦਾਂ ਦੇ ਸਾਡੇ ਕੋਲ ਹੋ ਜਾਂਦੇ ਆ ਜਿੱਤੇ ਸੱਤੋਂ ਪਹੁੰਚ ਨਹੀਂ ਪਾਉਂਦੇ ਉਹ ਵੀ ਡੈਥ ਹੋ ਜਾਂਦੀ ਹੈ। ਇਹ ਕਹਿ ਸਕਦੇ ਆ ਕਿ ਜਿਵੇਂ ਸੇਵਾ ਕਰਦੇ ਆ ਖੁਸ਼ੀ ਮਿਲਦੀ ਹੈ, ਸੰਤੁਸ਼ਟੀ ਮਿਲਦੀ ਹੈ ਤੇ ਦੁਖੀ ਵੀ ਹੁੰਦਾ ਹੋਏਗਾ ਮਨ। ਭੈਣ ਮਰੀਏ ਮੈਂ 2012 ਦੇ ਵਿੱਚ ਮੇਰਾ ਇੱਕ ਕੁਆਂਟਲ 17 ਕਿਲੋ ਭਾਰ ਸੀ ਤੇ ਡਾਕਟਰ ਮੈਨੂੰ ਕਹਿੰਦੇ ਸਲੀਪ ਐਪਰਨੀਆ ਹੋ ਗਿਆ ਮਸ਼ੀਨ ਲਾ ਕੇ ਪੈਣਾ ਪਿਆ ਕਰਨ ਤੈਨੂੰ। ਤੇ 2012 ਚ ਮੈਂ ਜੈਮ ਕਰੀ ਜੋਇਨ ਮੈਂ 22 23 ਕਿਲੋ ਭਾਰ ਘਟਾ ਲਿਆ। 10 ਗੋਲੀਆਂ ਖਾ ਕੇ ਸੌਂਦਾ ਸੀ ਫਿਰ ਵੀ। ਪਰ ਜਦੋਂ 2016 ਚ ਸੇਵਾ ਮਿਲ ਗਿਆ ਨਾ ਭੈਣੇ। ਅੱਜ ਮੈਂ ਜਦੋਂ ਮੰਝੇ ਤੇ ਜਾ ਕੇ ਪੈਣਾ ਮੈਨੂੰ ਨਹੀਂ ਪਤਾ ਲੱਗਦਾ ਮੈਂ ਸਵਰਗ 'ਚ ਪਿਆ ਕਿੱਥੇ ਪਿਆ ਸਵੇਰੇ ਉੱਠਦੇ ਆ ਤੜਕਿਓਂ 5 ਵਜੇ ਗੁਰੂ ਘਰ ਅੰਦਰ ਹੀ ਬਣਿਆ ਹੋਇਆ ਮੈਂ ਗੁਰੂ ਘਰ 'ਚ ਵੀ ਉਦੋਂ ਜਾਂਦਾ ਸੀ ਜਦੋਂ ਕਿਸੇ ਦੇ ਮਾਰਗ ਦੇ ਭੋਗ ਤੇ ਜਾਂ ਵਿਆਹ ਤੇ ਜਾਣਾ ਭੋਗ ਲੈਣ ਜਦੋਂ ਦੇਗ ਵੰਡਣ ਲੱਗਣਾ ਬਾਬੇ ਨੂੰ ਰੋਂਦਰ ਬੜੀਦਾ ਸੀ ਤੇ ਹੁਣ ਉਹਦੇ ਘਰ 'ਚ ਹੀ ਸੌਂਨੇ ਆ ਉਹਦੇ ਘਰ 'ਚ ਹੀ ਉੱਠਦੇ ਆ ਸਵੇਰੇ ਉਹ ਨਿਕਲਦੇ ਨੂੰ ਵੀ ਬੱਚੇ ਬਜ਼ੁਰਗ ਸਾਰਾ ਪਰਿਵਾਰ ਮੈਂ ਉੱਥੇ ਅੰਦਰ ਹੀ ਰੂਮ ਆ ਮੇਰਾ ਮਤਲਬ ਸਕੂਨ ਤਾਂ ਭੈਣ ਬਿਆਨ ਨਹੀਂ ਹੋ ਸਕਦਾ ਵੀ ਅਸੀਂ ਕੀ ਸਕੂਨ ਮਹਿਸੂਸ ਕਰਦੇ ਆ ਮੈਂ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਣਾ ਇੱਕ ਪਰਸਨਲ ਤੇ ਇੱਕ ਆਮ ਲੋਕਾਂ ਦੇ ਲਈ ਆਪਣੇ ਪੰਜਾਬ ਦੇ ਵਿੱਚ ਨਾ ਇੱਕ ਲੰਗਰ ਪ੍ਰਥਾ ਬਹੁਤ ਹੈ দান ਵਾਲੀ ਪ੍ਰਥਾ ਬਹੁਤ ਹੈ ਤੁਹਾਨੂੰ ਲੱਗਦਾ ਕਿ ਉਹ ਸਹੀ ਟ੍ਰੈਕ ਤੇ ਹੈ ਇਹਨਾਂ ਚੀਜ਼ ਅਸੀਂ ਇੱਕ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਸਾਰੀ ਸੰਗਤ ਨੂੰ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਰੋਬਰੂ ਹੋ ਕੇ ਵੀ ਦੇਖੋ ਪੰਜਾਬ 'ਚ ਅੱਜ ਤੋਂ 20-25 ਸਾਲ ਪਿੱਛੇ ਚਲੇ ਜਾਈਏ 90 ਦੇ ਦਹਾਕੇ ਤੇ ਪੰਜਾਬ 'ਚ ਕੋਈ ਲਵਾਰਸ ਨਹੀਂ ਸੀ ਬਾਈ ਪੰਜਾਬ 'ਚ ਲੋਕ ਲਵਾਰਸ ਨਹੀਂ ਸੀਗੇ ਪੰਜਾਬ 'ਚ ਆਸ਼ਰਮ ਨਹੀਂ ਸੀਗੇ ਪੰਜਾਬ ਦੇ ਵਿੱਚ ਪਿੰਗਲਵਾੜਾ ਸਾਹਿਬ ਸੀਗਾ ਲੂਲੇ ਲੰਗੜੇ ਪਿੰਗਲਿਆਂ ਪਹਾਜ ਵਾਸਤੇ ਪੰਜਾਬ ਚ ਗਲੀਆਂ ਚ ਆਸ਼ਰਮ ਨਹੀਂ ਸੀ ਖੁੱਲਗੇ ਜਿਵੇਂ ਅੱਜ ਤੁਸੀਂ ਦੇਖੋ ਸਾਡੇ ਲੁਧਿਆਣੇ ਚ ਮਤਲਬ 40 45 ਆਸ਼ਰਮ ਜਿੱਥੇ ਲੋਕਾਂ ਨੂੰ ਰੱਖਿਆ ਹੋਇਆ ਤੇ ਪੰਜਾਬ ਦੇ ਵਿੱਚ ਪਿੰਡ ਚ ਕੋਈ ਸਿੱਧਾ ਬੰਦਾ ਹੁੰਦਾ ਨਾ ਪਿੰਡ ਦਾ ਸਾਰੇ ਪਿੰਡ ਦਾ ਸਾਂਝਾ ਹੁੰਦਾ ਸਾਰਾ ਪਿੰਡ ਉਹਨੂੰ ਸਾਡੇ ਪਿੰਡ ਇੱਕ ਹੁੰਦਾ ਸੀ ਸੇਵਕ ਹੁੰਦਾ ਸੀ ਉਹਨਾਂ ਸਾਰਿਆਂ ਨੇ ਉਹਨੂੰ ਤਿਆਰ ਕਰਨਾ ਸੇਵਕਾ ਸਾਡੇ ਲੱਸੀ ਪੀਆ ਸੇਵਕਾ ਰੋਟੀ ਖਾਜਾ ਸੇਵਕਾ ਲੈ ਮੱਕੀ ਦੀ ਰੋਟੀ ਖਾਲਾ ਅੱਜ ਜੇ ਕਿਹਾ ਤੀ ਪੁੱਤ ਥੋੜਾ ਵੀ ਅਫਸੈਟ ਹੋ ਗਿਆ ਅਸੀਂ ਉਹਨੂੰ ਝਰਦੇ ਨਹੀਂ ਤੇ ਸਾਡੇ ਗੇਟ ਮੁਰੇ ਆ ਕੇ ਖੜ ਗਿਆ ਅਸੀਂ ਕਹਿੰਨੇ ਮਾਰਨਾ ਦੇਵੇ ਸਾਡੇ ਬੱਚੇ ਦੇ ਅਸੀਂ ਉਹਨੂੰ ਕੁੱਟਦੇ ਆਂ ਭਜਾ ਦਿੰਨੇ ਆਂ ਮਾਪੇ ਫਿਰ ਬੰਨਣ ਤੋਂ ਬਿਨਾਂ ਉਹਨਾਂ ਕੋਲੇ ਮਜਬੂਰੀ ਕੀ ਰਹਿ ਗਈ ਫਿਰ ਉਹ ਸੰਗਲ ਨਾਲ ਬੰਨ ਲੈਂਦੇ ਆ ਇਸੇ ਤਰ੍ਹਾਂ ਹੀ ਕੋਈ ਬਿਮਾਰ ਆ ਛੋਟੀ ਜੀ ਬਿਮਾਰੀ ਆ ਕਿ ਮੈਂ ਤੁਹਾਨੂੰ ਆਫ ਦਾ ਕੈਮਰਾ ਵੀਡੀਓ ਦਿਖਾਉਂਦਾ ਸੀ ਉਹ ਵੀਰ ਨੂੰ ਪਥਰੀਆਂ ਸੀ ਬਾਪੂ ਦੇ ਉਹ ਪਥਰੀ ਬਾਥਰੂਮ ਵਾਲੀ ਪਾਈਪ 'ਚ ਆ ਗਈ ਉਹਦੇ ਉਹਦੇ ਕੋਲ ਇੰਨੇ ਪੈਸੇ ਨਹੀਂ ਸਰਕਾਰੀ 'ਚ ਗਿਆ ਉਹਦਾ ਇਲਾਜ ਨਹੀਂ ਹੋਇਆ ਪ੍ਰਾਈਵੇਟ 'ਚ ਜਾਣ ਚੋਗਾ ਹੈ ਨਹੀਂ ਜੇ ਕਿਸੇ ਨੇ ਬਾਹ ਨਹੀਂ ਫ ਕਹਿੰਦੇ ਜੀ ਇਹ ਨਸ਼ੇੜੀ ਆ ਸ਼ਰਾਬ ਪੀਂਦਾ ਸੀ ਲੋਕ ਅੱਜ ਕੱਲ ਬੰਦੇ ਦੇ ਨੂੰ ਜਸਟੀਫਾਈ ਵੀ ਗਲਤੀਆਂ ਲੱਭ ਲੈਂਦੇ ਆ ਵੀ ਮੈਂ ਤਾਂ ਨਹੀਂ ਤਾਂ ਨਹੀਂ ਮਦਦ ਕਰਨੀ ਆ ਆ ਕਰਦਾ ਪਰ ਉਹਦੇ ਹਾਲਾਤ ਨਹੀਂ ਦੇਖਦੇ ਅਸੀਂ ਭਾਈ ਕਨੇਹੀ ਆ ਜੀ ਦੇ ਵਾਰਸ ਆ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀਆਂ ਅਸੀਂ ਆਪਣੇ ਨੂੰ ਨਹੀਂ ਸਾਮ ਸਕਦੇ ਹੁਣ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਅੱਜ ਆਸ਼ਰਮ ਸਾਡੀ ਹੁਣ ਸ਼ੈਲਟਰ ਦੀ ਗੱਲ ਕਰ ਲਈਏ ਅਸੀਂ ਅੱਗੇ ਵੀ ਗੱਲ ਕਰਦੇ ਆ ਵੀ ਇਦਾਂ ਦੇ ਸ਼ੈਲਟਰ ਬੰਦ ਹੋ ਜਾਣੇ ਚਾਹੀਦੇ ਆ ਅਸੀਂ ਚਾਹੁੰਦੇ ਆ ਸਾਡੇ ਸੁਪਨਿਆਂ ਦੇ ਘਰ ਠਾ ਢੇਰੀ ਹੋ ਜਾਵੇ ਇੱਥੇ ਕੋਈ ਬੰਦਾ ਨਾ ਸਾਨੂੰ ਲਿਆਉਣਾ ਪਵੇ ਪਰ ਉਹਦੇ ਲਈ ਸਾਨੂੰ ਸਾਰਿਆਂ ਨੂੰ ਇੱਕ اپنی ذمہ داری چکਣੀ ਪੈਣੀ ਅਸੀਂ ਉਹ ਸਮਾਂ ਦੇਖਿਆ ਜਦੋਂ ਸਾਰਾ ਹਰੇਕ ਬੰਦਾ ਹੀ ਇੱਕ ਇੰਜੀਓ ਸੀ ਹਰੇਕ ਬੰਦਾ ਇੱਕ ਸਾਸਤਾ ਸੀ ਉਹ ਆਪਣੀ ਡਿਊਟੀ ਨਿਭਾਉਂਦੇ ਸੀ ਮਾਮੇ ਮਾਸੀ ਭੂਆ ਚਾਚੇ ਤਾਇਏ ਦੇ ਧੀਆ ਪੁੱਤਾਂ ਦੀ ਹਲਾ ਕਹਿੰਦੇ ਸਾਡੇ ਆ ਜਾਂ ਸਾਡੇ ਗੋਤ ਦਾ ਸਾਡੇ ਧਰਮ ਦਾ ਸਾਡੇ ਪਿੰਡ ਦਾ ਉਹਨਾਂ ਸਾਡੀ ਜਾਤ ਦਾ ਅੱਜ ਤਾਂ ਭੈਣ ਭਰਾ ਵੀ ਕਹਿਣਗੇ ਨਾ ਹੋਇਆ ਵਰਗਿਆ ਮਾਂ ਪਿਓ ਵੀ ਕਹਿਣਗੇ ਨਾ ਹੋਇਆ ਵਰਗਿਆ ਫਿਰ ਉਸ ਤੋਂ ਬਾਅਦ ਅੱਗੇ ਕੌਣ ਰਹਿ ਜਾਂਦਾ ਪਰਿਵਾਰ ਤੋਂ ਬਾਅਦ ਸਮਾਜ ਆ ਸਮਾਜ ਵੀ ਪਰਿਵਾਰ ਆ ਸਮਾਜ ਦੇ ਵਿੱਚ ਕੌਣ ਲੋਕ ਆ ਜਿਹੜੇ ਸક્ષਮ ਨੇ ਜਿਹੜੇ ਚੀਜ਼ ਕਰ ਸਕਦੇ ਨੇ ਹਰੇਕ ਪਿੰਡ ਦੇ ਵਿੱਚ ਐਦਾਂ ਦੇ ਅਦਸਕਾਰ ਹੁੰਦੇ ਜਿਨ੍ਹਾਂ ਨੂੰ ਮਾਰੇ ਨੇ ਇੰਨੀ ਪਾਵਰ ਦਿੱਤੀ ਹੈ ਕਿ ਉਹ ਸਾਰੇ ਪਿੰਡ ਨੂੰ ਖਵਾ ਸਕਦੇ ਆ ਬੈਠੇ ਤੇ ਪਰ ਸਾਰਾ ਪਿੰਡ ਭੁੱਖਾ ਨਹੀਂ ਮਰਦਾ ਪਿੰਡ 'ਚ ਕੋਈ ਇੱਕ ਦੋ ਘਰ ਹੁੰਦੇ ਜਿਹੜੇ ਵਕਤ ਦੀ ਮਾਰ ਕਰਕੇ ਜਾਂ ਆਪਣੀਆਂ ਗਲਤੀਆਂ ਕਰਕੇ ਨਸ਼ਿਆ ਕਰਕੇ ਉਹ ਐਨਾ ਹਾਲਾਤਾਂ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਆਪਾਂ ਨਰਕ ਕਹਿੰਦੇ ਆ ਬਹੁਤ ਸਾਰੇ ਇੱਕ ਮਾਂ ਸਾਡੇ ਕੋਲ ਆਈ ਬਠਿੰਡੇ ਵੱਲੀ ਉਹਦੇ ਬ੍ਰੈਸਟ ਦੇ ਵਿੱਚ ਕੈਂਸਰ ਸੀ ਕੀੜੇ ਪੈ ਗਏ ਉਹਦੇ ਘਰ ਵਾਲਾ ਬੱਕਰੀਆਂ ਚਾਰਦਾ ਉਹ ਪਿੰਡ ਦੇ ਵਿੱਚ ਗਊਸ਼ਾਲਾ ਵਾਲੇ ਬਾਈ ਕੋਲ ਜਾਂਦਾ ਕਹਿੰਦਾ ਬਾਈ ਯਾਰ ਮੈਨੂੰ ਤੇਲ ਦੇ ਜਿਹੜਾ ਤੂੰ ਪਾਉਣਾ ਉਹਨਾਂ ਗਾਵਾਂ ਦੇ ਕੀੜੇ ਕੱਢਣ ਲੱਗੇ ਤੇਰੀ ਤਾਈ ਦੇ ਕੀੜੇ ਪੈ ਗਏ ਉਹ ਜਾ ਕੇ ਦੇਖਦਾ ਉਹਦੀ ਸਾਰੀ ਬੱਕੀ ਚ ਖੁੱਡਾ 8 ਸਾਲ ਪਹਿਲਾਂ ਹਸਪਤਾਲ ਗਿਆ ਲੈ ਕੇ ਵਾਈਫ ਨੂੰ ਡਾਕਟਰ ਕਹਿੰਦੇ ਤੇ ਕੈਂਸਰ ਆ ਬ੍ਰੈਸਟ ਦਾ ਵੀ ਇਹਦਾ ਸੇਵਾ ਕਰ ਲਾ 8 ਸਾਲੋਂ ਲੇਡੀ ਜੀ ਆਉਂਦੀ ਰਹਿੰਦੀ ਆ ਉਹਦੇ ਦੋਨੇ ਬ੍ਰੈਸਟ ਸੁੱਕ ਜਾਂਦੇ ਆ ਵੱਲੋਂ ਜਮੇ ਜਾਖਮ ਬਣ ਕੇ ਇਦਾਂ ਥੱਲੇ ਝੜ ਜਾਂਦੇ ਆ ਅੰਦਰ ਖੁੱਡਾਂ ਬਣ ਜਾਂਦੀਆਂ ਕੀੜੇ ਗਰਮੀਆਂ 'ਚ ਬੰਦਾ ਕੱਪੜਾ ਵੀ ਨਹੀਂ ਲਾ ਤੇ ਉਹ ਮਾਤਾ ਨੂੰ ਲੈ ਕੇ ਆਇਓ ਮਾਂ ਐ ਕੀੜੇ ਕੱਢ ਕੇ ਐ ਪੈਰਾਂ ਨਾਲ ਮਲੀ ਜਾਂਦੀ ਆ ਤੜਫੀ ਜਾਂਦੀ ਆ ਬੈਠੀ ਉਹ ਉਸ ਪਿੰਡ ਦੇ ਕੋਈ ਬੰਦੇ ਉਹਦੀ ਮਦਦ ਨਹੀਂ ਸੀ ਕਰ ਸਕਦੇ ਬਹੁਤ ਸਾਰੇ ਪਿੰਡਾਂ ਵਿੱਚ ਜਿੱਥੇ ਅਸੀਂ ਬਯੁਰਗਾ ਨੂੰ ਬਾਪੂ ਕੇਸਰ ਸਿੰਘ ਦੀ ਆਪਾਂ ਗੱਲ ਕਰੀ ਜਿੱਥੋਂ ਪਹਿਲੇ ਬੰਦੇ ਦਸੇ ਹੁਣ ਉਹਦੇ ਭਰਾ ਵੀ ਅਠ ਸੀ ਕਿਸੇ ਨੇ ਮਦਦ ਨਹੀਂ ਕੀਤੀ ਕੋ ਲੋਕ ਕਿਉਂ ਨਹੀਂ ਅੱਗੇ ਆਉਂਦੇ ਹੁਣ ਇੱਥੇ ਗੱਲ ਮੈਂ ਲੰਗਰ ਵਾਲੀ ਗੱਲ ਕਰ ਰਿਹਾ ਸੀ ਤੁਹਾਨੂੰ ਦੇਖੋ ਮੈਂ ਉੱਥੇ ਹੀ ਲੱਗਿਆ ਮੈਂ ਲੰਗਰ ਦਾ ਤੋਰਿਆ ਹੋਇਆ ਹੈ ਮੈਂ ਉੱਥੇ ਹੀ ਲੱਗਿਆ ਉੱਪਰ ਤਾਂ ਕੋਈ ਕਿੰਤੂ ਪਰੰਤੂ ਨਹੀਂ ਹੈ ਕਿ ਕਿਸੇ ਦੇ ਮੂਹ ਦੇ ਵਿੱਚ ਕੋਈ ਹੁਣ ਪਿੰਡਾਂ ਦੇ ਵਿੱਚ ਸਾਡੇ ਲੰਗਰ ਲੱਗਦੇ ਆ ਗੁਰੂ ਘਰਾਂ ਚ ਵੀ ਲੱਗਦੇ ਨੇ ਸੜਕ ਕਿਹੜੀ ਚੀਜ਼ ਦਾ ਲੰਗਰ ਨਹੀਂ ਲੱਗਿਆ ਸੰਗ ਪਰ ਅੱਜ ਸਾਡੀ ਬੇਨਤੀ ਆ ਵੀ ਜੇ ਅਸੀਂ ਲੰਗਰ ਲਾਉਣੇ ਆ ਦਵਾਈਆਂ ਦੇ ਲੰਗਰ ਲਾ ਦੀ ਆਪਣੇ ਪਿੰਡ ਦੇ ਵਿੱਚ ਹੁਣ ਐਨ ਆਰ ਆਈ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਆਦਾ ਸਭ ਤੋਂ ਵੱਡਾ ਤਾਕਾ ਪੰਜਾਬ ਦਾ ਐਨ ਆਰ ਆਈਆਂ ਤੇ ਡਿਪੈਂਡਡ ਆ ਸਾਡੀਆਂ ਸਸਤਾਵਾਂ ਵੀ ਜ਼ਿਆਦਾਤਰ ਉੱਥੋਂ ਚੱਲਦੀਆਂ ਜੇ ਉਹ ਆਪੋ ਆਪਣੇ ਪਿੰਡਾਂ ਨੂੰ ਸਾਥ ਲੈਣ ਤਾਂ ਲੋੜ ਹੀ ਨਾ ਪਵੇ ਇਹਨਾਂ ਸਸਤਾਵਾਂ ਦੀ ਹਰ ਪਿੰਡ ਦੇ ਵਿੱਚ ਅੱਜ 10 20 50 ਘਰ ਕੈਨੇਡਾ ਅਮਰੀਕਾ ਬੈਠੇ ਆ ਉਹ ਆਪਦੇ ਪਿੰਡ ਚ ਫਸ ਕੇੜੀ ਗੱਲ ਚ ਗਏ ਇੱਕ ਬੰਦਾ ਉਹ ਚਾਹੁੰਦਾ ਮੈਂ ਆਪਣੇ ਪਿੰਡ 'ਚ ਕਿਸੇ ਦੀ ਮਦਦ ਕਰਾਂ ਉਹਦਾ ਤਾਇਆ ਚਾਚਾ ਕਹੇ ਨਾ ਰਹਿਣ ਦੇ ਤਾਂ ਆਪਣੇ ਨਾਲ ਬਣਦੀ ਨਹੀਂ ਇਹ ਆਪਣੀ ਦੂਜੀ ਪਾਰਟੀ ਦਾ ਮਤਲਬ ਚਾਹੁੰਦੇ ਹੋਏ ਵੀ ਬੰਦੇ ਮਦਦ ਨਹੀਂ ਕਰ ਪਾ ਰਹੇ ਜੇ ਪਿੰਡਾਂ ਦੇ ਵਿੱਚ ਉਹ ਆਪਣੇ ਆਪਣੇ ਪਿੰਡਾਂ ਨੂੰ ਸਾਂਭ ਲੈਣ ਜਦੋਂ ਅਸੀਂ ਕਿਸੇ ਵੱਡੇ ਪਿੰਡ 'ਚ ਜਾਂਦੇ ਹਾਂ ਹੁਣ ਕੱਲ ਪਰਸੋ ਇੱਕ ਮੋਗੇ ਜਿਹੇ ਦਾ ਪਿੰਡ ਆ ਉੱਥੋਂ ਇੱਕ ਵੀਰ ਨੂੰ ਲੈ ਕੇ ਆਏ ਉਹਦੇ ਕੀੜੇ ਪਏ ਹੋਏ ਪੈਰ 'ਚ ਉਹ ਲੇਬਰ ਕਰਦਾ ਸੀ ਸਾਰੇ ਪਿੰਡ 'ਚ ਉਹ ਦਿਹਾੜੀ ਕਰਦਾ ਰਿਹਾ ਹਰੇਕ ਦੇ ਘਰੇ ਗਿਆ ਉਹ ਪੂਰੀ 50 ਸਾਲ ਦੀ ਉਮਰ ਆ ਕਰੀਬ ਮਜ਼ਦੂਰੀ ਕਰਦਾ ਸੀ ਬੰਦਾ ਉਦੇ ਪੈਰ ਤੇ ਜਾਖਮ ਹੋ ਗਿਆ ਕਹਿੰਦੇ ਕੱਖ ਲੱਗ ਗਿਆ ਪਿੰਡ ਚ ਆਪਾਂ ਕਹਿੰਦੇ ਨੇ ਵੀ ਸੱਪ ਨੇ ਮੂੰਹ ਲਾਤਾ ਗਲ ਗਿਆ ਪੂਰਾ ਸਰਕਾਰੀ ਹਸਪਤਾਲ ਲੈ ਕੇ ਗਏ ਮੋਗੇ ਉਹਨਾਂ ਨੇ ਪਟਿਆਲ ਉੱਥੇ ਰੈਫਰ ਕਰਤਾ ਫਰੀਦਕੋਟ ਮੈਡੀਕਲ ਕਾਲਜ ਫਰੀਦਕੋਟ ਵਾਲੇ ਕਹਿੰਦੇ ਸਾਡੀ ਸਟ੍ਰਾਈਕ ਚੱਲਦੀ ਐ ਨੂੰ ਵਾਪਸ ਲੈ ਜਾਓ ਉਹਦੇ ਕੀੜੇ ਪੈ ਗਏ ਸਾਡੇ ਕੋਲ ਲੈ ਕੇ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਉਹ ਪਿੰਡ ਦੇ ਵਿੱਚ ਦੇਖੋ ਕਿੰਨੇ ਐਨੇ ਲੋਕ ਵੀ ਨਹੀਂ ਸੀਗੇ ਜਿਹੜੇ ਉਹਦੀ ਮਦਦ ਕਰ ਦਿੰਦੇ ਉੱਥੇ ਉਹਨੂੰ ਇੱਡੀ ਦੂਰ ਆਉਣਾ ਪਿਆ ਸਾਡੇ ਵਰਗਾਂ ਬਸਮਾਰਟ ਸੀ ਵੀ ਬਣ ਰਿਹਾ ਇੱਕ ਮਤਲਬ ਪਖੰਡੀ ਚੋਰ ਵੀ ਮੈਂ ਸੇਵਾ ਕਰਦਾ ਸਾਡੇ ਤੋਂ ਵੱਧ ਸੇਵਾ ਉਹ ਕਰ ਸਕਦੇ ਆ ਆਪਣੇ ਪਿੰਡ ਚ ਕਿਉਂ ਨਹੀਂ ਸਾਡੇ ਲੋਕਾਂ ਨੂੰ ਮੈਂ ਤਾਂ ਇਹ ਬੇਨਤੀ ਕਰਦਾ ਵੀ ਆਪੋ ਆਪਣੇ ਪਿੰਡਾਂ ਚ ਲੋਕ ਅਵੇਰ ਹੋਣ ਉੱਥੇ ਲੋਕਾਂ ਦੀ ਛੋਟੀ ਜੀ ਮਦਦ ਉਸ ਟਾਈਮ ਹੋ ਜਵੇ ਉਹ ਉਹਦੇ ਕੀੜੇ ਪੈਣਾ ਹੀ ਨਹੀਂ ਸੀ ਉਹ ਗਰੀਬ ਦੀ ਲੱਤ ਵੱਢਣ ਤੇ ਕਰਨੌਤੀ ਨਹੀਂ ਸੀ ਆਉਣੀ ਜੇ ਉਹਦੀ ਉੱਥੇ ਛੋਟੀ ਜੀ ਮਦਦ ਕਰ ਦਿੰਦੇ ਪਰ ਜਦੋਂ ਉੱਥੇ ਪੁੱਛੀਦਾ ਜੀ ਸ਼ਰਾਬ ਪੀਂਦਾ ਜੀ ਇਹਦੀ ਜਰਦਾ ਲਾਉਂਦਾ ਜੀ ਹੁਣ ਕਮੀਆਂ ਤਾਂ ਬਈ ਸਾਰਿਆਂ ਚ ਹੀ ਆ ਸਾਡਾ ਫਰਜ਼ ਆ ਉਹਦੇ ਹਾਲਾਤ ਦੇਖਣਾ ਕਮੀਆਂ ਦੇਖਾਂਗੇ ਤਾਂ ਖੁਦ ਚ ਵੀ ਬਹੁਤ ਨੇ ਸਾਡੇ ਚ ਤੁਲੋ ਮੇਰਾ ਇੱਕ ਆਖਰੀ ਸਵਾਲ ਹੈ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਹੋਰ ਸਟੇਜ ਦੇ ਉੱਤੇ ਹੋਵੇਂ ਜਾਂ ਤੁਹਾਡੇ ਕੋਲ ਹੋਰ ਵੱਖਰੀ ਪਾਵਰ ਹੋਵੇ ਔਰ ਤੁਸੀਂ ਵੱਧ ਸੇਵਾ ਕਰ ਸਕੋ ਨਹੀ ਬਿਲਕੁਲ ਨਹੀਂ ਜੀ ਇਸ ਤੋਂ ਵੱਡੀ ਸੇਵਾ ਮੈਂ ਸਾਨੂੰ ਨਹੀਂ ਲੱਗਦਾ ਨਹੀਂ ਇਹਨਾਂ ਲੋਕਾਂ ਦੀ ਜਿਹੜੇ ਬੇਸਹਾਰਾ ਨੇ ਉਹਨਾਂ ਲੋਕਾਂ ਦੀ ਸੇਵਾ ਤੁਹਾਨੂੰ ਲੱਗਦਾ ਕਿ ਤੁਸੀਂ ਮੈਂ ਸਿੱਧਾ ਪੁੱਛ ਲੈਣਾ ਕਿ ਜੇ ਤੁਸੀਂ ਇੱਕ ਪੋਲੀਟਿਸ਼ੀਅਨ ਹੋਵੋ ਨਹੀਂ ਕਰ ਸਕਦੇ ਕਿਹਨਾਂ ਚ ਆਇਆ ਕਦੇ ਨਹੀਂ ਜੀ ਆਮ ਤੌਰ ਤੇ ਇਸ ਤਰੀਕੇ ਮੈਂ ਸਿੱਧਾ ਸਵਾਲ ਕਰ ਰਿਹਾ ਕਿ ਆਮ ਤੌਰ ਤੇ ਜਿਹੜੇ ਲੋਕ ਬਹੁਤ ਸਮਾਜ ਸੇਵੀ ਬਣਦੇ ਨੇ ਉਹ ਫਿਰ 2 4 5 10 ਸਾਲਾਂ ਬਾਅਦ ਜਾ ਕੇ ਪੋਲਿਟਿਕਸ ਜੁਆਇਨ ਕਰ ਲੈਂਦੇ ਉਹਨਾਂ ਨੂੰ ਟਿਕਟ ਆਫਰ ਕਰ ਦਿੱਤੀ ਜਾਂਦੀ ਹੈ ਕਿ ਨਹੀਂ ਤੁਸੀਂ ਸਾਡੇ ਵੱਲ ਆ ਕੇ ਲੜੋ ਸਾਨੂੰ ਵੀ ਆਈਆਂ ਜੀ ਆਫਰਾਂ ਅਸਲ ਚ ਕੀ ਪਾਰਟੀ ਨੇ ਕੀਤੀ ਸੀ ਨਹੀਂ ਨਾ ਨਹੀਂ ਇਹ ਗੱਲ ਨਹੀਂ ਆਪ ਪੈਣਾ ਗੱਲ ਇਹ ਆ ਵੀਰੇ ਸਾਨੂੰ ਉਹਨਾਂ ਨੇ ਸਭਜ ਬਾਗ ਵੀ ਦਿਖਾਏ ਵੀ ਅਸੀਂ ਸਰਵੇ ਕਰਾ ਲਿਆ ਤੁਸੀਂ ਜੇਤੂ ਆ ਫਲਾਨਾ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਸਾਨੂੰ ਵਾਕਿਆ ਹੀ ਪਿਆਰ ਕਰਦੇ ਹੋ ਤਾਂ ਸਾਨੂੰ ਸੇਵਾ ਕਰ ਲਿਆ ਅਸੀਂ ਇਹ ਦੇਖੋ ਅੱਜ ਮਸਲਾ ਕੀ ਹੈ ਨਾ ਜੀ ਕਿਸੇ ਨੇ ਕੌਲੇ ਨੂੰ ਸਮੁੰਦਰ ਮੰਨ ਲਿਆ ਪੋਲਿਟਿਸ਼ੀਅਨ ਜਾਂ ਪੋਲਿਟਿਕਸ ਮਾੜਾ ਨਹੀਂ ਹੈਗਾ ਕੁਝ ਪਰ ਉਹਨੂੰ ਲੋਕ ਹਰ ਇੱਕ ਧੰਦੇ ਦਾ ਐਂਡ ਪੋਲੀਟੀਸ਼ੀਅਨ ਪੋਲੀਟਿਕਸ ਨੂੰ ਮੰਨ ਲਿਆ ਵੀ ਇਹਦੇ ਚ ਹੀ ਸਾਰਿਆਂ ਨੇ ਮਰਜ ਹੋਣਾ ਜਾ ਕੇ ਪਰ ਅਸੀਂ ਆਪਣੇ ਆਪ ਨਾਲ ਇੱਕ ਪ੍ਰੋਮਿਸ ਤੁਸੀਂ ਕਦੇ ਪੋਲੀਟਿਕਸ ਜੁਆਇਨ ਨਹੀਂ ਕਰਦੇ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਅਸੀਂ ਜਾਈਏ ਵੀ ਸੰਗਤ ਸਾਨੂੰ ਜਵਾਬ ਦੇਵੇ ਅਸੀਂ ਇਹਦਾ ਵੀ ਅਸੀਂ ਕਿਤੇ ਇਸ ਪਾਸੇ ਨੂੰ ਨਾ ਤੁਰੀਏ ਰਾਜ ਸਭਾ ਰਾਜ ਸਭਾ ਕੁਝ ਨਹੀਂ ਜੀ ਅਸੀਂ ਤਾਂ ਦੇਖੋ ਅਸੀਂ ਕੌਣ ਰਾਜ ਸਭਾ ਚ ਔਕਾਤ ਹੀ ਨਹੀਂ ਸਾਡੀ ਅਸੀਂ ਇੱਕ ਸੇਵਾਦਾਰ ਹਾਂ ਜੀ ਤੁਸੀਂ ਯਕੀਨ ਮੰਨਿਓ 2016 ਤੋਂ ਪਹਿਲਾਂ ਸਾਡੇ ਨਾਲ ਕੋਈ ਖੜਕੇ ਫੋਟੋ ਖਿਚਾਉਣ ਤੱਕ ਕਿ ਅਸੀਂ ਕਿਸੇ ਨਾਲ ਖੜਕੇ ਜੇ ਫੋਟੋ ਖਿਚਾਉਂਦੇ ਉਹ ਵੀ ਨਹੀਂ ਸਾਡੇ ਨਾਲ ਖੜਦਾ ਸ਼ਾਇਦ ਅੱਜ ਸਾਨੂੰ ਲੋਕ ਇੰਨਾ ਪਿਆਰ ਕਰਦੇ ਆ ਲੋਕ ਫੋਟੋ ਮੈਂ ਪਿਆ ਮੰਨ ਲਓ ਮਾਵਾਂ ਦੇ ਪੁੱਤ ਬਣੇ ਹੋਇਆ ਕਿੰਨੀਆਂ ਭੈਣਾਂ ਦੇ ਭਰਾ ਬਣੇ ਆ ਕਿੰਨੇ ਬਾਪੂ ਬਜ਼ੁਰਗਾਂ ਦੇ ਪੁੱਤਾਂ ਮੈਂ ਰਖੜੀ ਨੂੰ ਦੇਖ ਰਿਹਾ ਜੀ ਤੁਸੀਂ ਪੂਰੀ ਬਾਹ ਭਰੀ ਮਾਵਾਂ ਦੋਨੇ ਭਰਗੀਆਂ ਸੀ ਬਾਈ ਮਤਲਬ ਇੰਦਾ ਪਿਆਰ ਤਾਂ ਮੈਨੂੰ ਨਹੀਂ ਲੱਗਦਾ ਰਾਜ ਸਭਾ ਕਿਤੇ ਹੁਣ ਸਾਨੂੰ ਕੋਈ ਵੱਡਾ ਵਾਰਡ ਕੋਈ ਦੇ ਦੇਵੇ ਇਸ ਤੋਂ ਵੱਡਾ ਵਾਰਡ ਕੀ ਹੈ ਬਾਈ ਜਦੋਂ ਇੱਕ ਮਾਂ ਜੱਫੀ ਚ ਪਾ ਕੇ ਕਹਿੰਦੀ ਆ ਪੁੱਤ ਤੂੰ ਮੇਰਾ ਪੋਤਾਂ ਤੂੰ ਮੇਰੀ ਜਾਨ ਮੈਂ ਅਵਾਰਡ ਵਾਲੇ ਪਾਸੇ ਆ ਰਿਹਾ ਸੀ ਇੱਕ ਸੋਸ਼ਲ ਮੀਡੀਆ ਤੇ ਬੜੀ ਗੱਲਤਰੀ ਕਹਿੰਦੇ ਕਿ ਤੁਹਾਨੂੰ ਪਦਮ ਅਵਾਰਡ ਮਿਲਣਾ ਚਾਹੀਦਾ ਹੈ ਮੈਨੂੰ ਕੋਈ ਬਾਤ ਨਹੀਂ ਚਾਹੀਦੀ ਮੈਂ ਬੇਨਤੀ ਕਰਦਾ ਭੈਣਾ ਭਰਾਵਾਂ ਨੂੰ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਆ ਅਰਦਾਸ ਕਰਿਓ ਅਸੀਂ ਚੰਗੇ ਮਨ ਨਾਲ ਸਾਫ਼ ਨੀਤ ਨਾਲ ਸੇਵਾ ਕਰਦੇ ਰਹੀਏ ਇਨਸਾਨ ਦਾ ਕੋਈ ਪਤਾ ਨਹੀਂ ਕਦੋਂ ਕਿੱਥੇ ਉਹਦੀ ਨੀਤ ਵਿਗੜ ਜਵੇ ਸਾਡੇ ਪਰਿਵਾਰ ਦਾ ਸਾਡੇ ਬੱਚਿਆਂ ਦਾ ਮਹਾਰਾਜ ਸੱਚੇ ਪਾਤਸ਼ਾਹ ਇਦਾਂ ਦਾ ਮਾਦਾ ਬਣਾਉਣ ਵੀ ਉਹ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਇੱਥੇ ਕੁਝ ਪਾਉਣ ਇਦੇ ਵਿੱਚੋਂ ਅਸੀਂ ਖਾਈਏ ਨਾ ਕੁਝ ਕੱਢੀਏ ਨਾ ਸਾਡੀ ਨੀਤ ਸਾਫ਼ ਰੱਖਿਓ ਵਾਹਿਗੁਰੂ ਜੀ ਸਾਡੇ ਲਈ ਸਭ ਤੋਂ ਵੱਡਾ ਅਵਾਰਡ ਇਹੀ ਆ ਜਿੱਦਣ ਸਾਡੇ ਸੁਭਾਸ ਪੂਰੇ ਹੋਣ ਇਸੇ ਤਰ੍ਹਾਂ ਹੀ ਸੇਵਾ ਕਰਦਿਆਂ ਦੇ ਪੂਰੇ ਹੋ ਜਾਣ ਹੋਰ ਕੋਈ ਅਹੁਦਾ ਨਹੀਂ ਦੁਨੀਆਂ ਦਾ ਇਸ ਤੋਂ ਵੱਡਾ ਜਿਹੜਾ ਉਹਦਾ ਸਾਨੂੰ ਦਿੱਤਾ ਨਾ ਭਾਈ ਜੀ ਸੋਕਲਾ ਜੀ ਵਾਇਗੁਰ ਜੀ ਨੇ ਸਾਨੂੰ ਨਹੀਂ ਲੱਗਦਾ ਦੁਨੀਆ 'ਚ ਇਸ ਤਰ੍ਹਾਂ ਦਾ ਅਉਧਾ ਕਿਸੇ ਮੈਂ ਤਾਂ ਹੀ ਪੁੱਛ ਰਿਹਾ ਸੀ ਕਿ ਅਉਧੇ ਤਾਂ ਫਿਰ ਆਫਰ ਕਰ ਦਿੱਤੇ ਜਾਂਦੇ ਨੇ ਜਿਵੇਂ ਤੁਸੀਂ ਟਿਕਟ ਆਫਰ ਦੀ ਗੱਲ ਕਰ ਦਿੱਤੀ ਕਿ ਦਲ ਸਭਾ ਆਫਰ ਹੁੰਦੀ ਹੈ ਤਾਂ ਤੁਸੀਂ ਉਹਦੇ ਬਾਰੇ ਸੋਚ ਸਕਦੇ ਹੋ ਕਿ ਨਹੀਂ ਨਹੀਂ ਭਾਈ ਜੀ ਮੈਂ ਉਹਦੇ ਚ ਜਵਾਬ ਦੇ ਦਵਾਂਗੇ ਠੋਕਰਾਂਗੇ ਕਿ ਨਹੀਂ ਜਾਣਾ ਮੇਰਾ ਮੈਂ ਕੀ ਕਰ ਸਕਦਾ ਉਹਦੇ ਚ ਜਾ ਕੇ ਮੈਂ ਅਨਪੜ ਬੰਦਾ ਮੈਂ ਇਸ ਕਰਕੇ ਕਹਿ ਰਿਹਾ ਸੀ ਕਿ ਜਿੱਥੇ ਤੁਸੀਂ ਅੱਜ ਹੈਗੇ ਹੋ 노 ਡਾਊਟ ਤੁਸੀਂ ਇੱਕ ਵੱਡਾ ਨਾਮ ਬਣ ਚੁੱਕੇ ਹੋ ਪਰ ਹੋ ਸਕਦਾ ਹੈ ਕਿ ਤੁਹਾਡੇ ਕੋਲ ਪਾਵਰ ਹੋਵੇ ਤੁਸੀਂ ਜਿਹੜੀਆਂ ਡਿਸੀਜ਼ ਜਿਵੇਂ ਤੁਸੀਂ ਕਹਿੰਦੇ ਹੋ ਡੀਸੀ ਨੂੰ ਚਿੱਠੀਆਂ ਕੱਢਣੇ ਤੁਸੀਂ ਹੋ ਸਕਦਾ ਹੈ ਕਿ ਉਸ ਪਾਵਰ ਚ ਹੋਵੋ ਕਿ ਸਾਰੇ ਡੀਸੀਆਂ ਨੂੰ ਚਿੱਠੀਆਂ ਕੱਢ ਦੋਗੇ ਆਪਣੇ ਪਿੰਡਾਂ 'ਚ ਦੇਖੋ ਪਰ ਨਹੀਂ ਕਰ ਸਕੂਗਾ ਮੈਂ ਫਿਰ ਮੇਰੇ ਜੰਜੀਰਾ ਬਹੁਤ ਪੈ ਜਾਣੀਆਂ ਨਾ ਦੇਖੋ ਛੱਪੜ ਦੀ ਸਪਾਈ ਛੱਪੜ ਦੇ ਬਾਹਰ ਖੜ ਕੇ ਕਰਨ ਦੀ ਬਜਾਏ ਵਿੱਚ ਉਤਰਨਾ ਆਪਾਂ ਕਹਿੰਦੇ ਆ ਪਰ ਛੱਪੜ ਦੀ ਢੰਗਾਈ ਵੀ ਦੇਖਣੀ ਪੈਣੀ ਹੈ ਛੱਪੜ ਦੇ ਵਿੱਚ ਅੱਜ ਇਹ ਤਕਨੀਕੀ ਤੌਰ 'ਨਾ ਮਸ਼ੀਨ ਲਿਆ ਕੇ ਆਪਾਂ ਬਾਹਰੋਂ ਖੜ ਕੇ ਵੀ ਪਾਪਲਾਈਨਾਂ ਦੀ ਸਫਾਈ ਕਰ ਸਕਦੇ ਅਸੀਂ ਜ਼ਰੂਰੀ ਨਹੀਂ ਵੀ ਅਸੀਂ ਇਹਦੇ ਵਿੱਚ ਉੱਤਰ ਜੀ ਤੇ ਮੈਂ ਇਸ ਚੀਜ਼ ਨੂੰ ਮੈਂ ਨਹੀਂ ਕਹਿੰਦਾ ਕੋਈ ਮਾੜੇ ਆ ਜਾਂ ਮੈਂ ਕੋਈ ਗਲਤ ਕਹਾਂ ਪਰ ਅਸੀਂ ਬਿਲਕੁਲ ਵੀ ਨਾ ਰਾਜ ਸਭਾ ਨਾ ਸਾਨੂੰ ਕੁਝ ਚਾਹੀਦੀ ਨਾ ਮੈਂ ਲਵਾਂਗਾ ਵਾਹਿਗੁਰੂ ਕਿਰਪਾ ਕਰਨ ਅਸੀਂ ਇਹਨਾਂ ਮਾਮਾਂ ਦੇ ਪੁੱਤ ਬਣੇ ਰਹੀਏ ਨ ਭਰਾਵਾਂ ਦੇ ਭਰਾ ਬਣੇ ਰਹੀਏ ਸਾਨੂੰ ਆਫਰ ਵੀ ਨਾ ਕਰਨ ਮੇਰੀ ਬੇਨਤੀ ਆ ਉਹਨਾਂ ਭੈਣਾ ਭਰਾਵਾਂ ਨੂੰ ਵੀ ਜਿਹੜੇ ਮੈਂ ਦੇਖਦਾ ਕਮੈਂਟਾਂ ਚ ਲਿਖਿਆ ਹੁੰਦਾ ਬਿਨਾਂ ਨੂੰ ਵੱਡੇ ਅਵਾਰਡ ਅਵਾਰਡ ਇਸ ਤੋਂ ਵੱਡਾ ਕੀ ਆ ਜੀ ਅਸੀਂ ਸੇਵਾ ਕਰਦੇ ਆ ਜੇ ਅਵਾਰਡ ਮਿਲ ਗਿਆ ਕਿਸੇ ਦੀ ਝੋਲੀ ਚ ਜਾ ਕੇ ਅਸੀਂ ਬੈਠ ਗਏ ਜਾਂ ਕਿਸੇ ਅੱਜ ਤੱਕਰ ਭਾਈ ਜੀ ਸਾਡੀ 9 ਸਾਲ ਹੋਣ ਵਾਲੇ ਲਗਭਗ ਸਾਡੇ ਘਰ ਦੇ ਵਿੱਚ ਕਦੇ ਵੀ ਕੋਈ ਸਾਡਾ ਲੈਣਾ ਲੋਕਲ ਐਮਐਲਏ ਕਦੇ ਉਹ ਵੀ ਨਹੀਂ ਆਇਆ ਬਾਈ ਅਸੀਂ ਇਹ ਨਹੀਂ ਕਹਿੰਦੇ ਵੀ ਵੀ ਉਹ ਗਲਤ ਆ ਠੀਕ ਆ ਉਹ ਸਾਨੂੰ ਸੇਵਾ ਨਹੀਂ ਦਿੱਤੀ ਉਹ ਸੇਵਾ ਨਹੀਂ ਕਰਾ ਸਾਨੂੰ ਉਹ ਸੇਵਾ ਕਰਨ ਦੇ ਰਿਹਾ ਹੂੰ ਚੰਗੀ ਗੱਲ ਆ ਮਨਪੀਰ ਸਿੰਘ ਵਾਲੀ ਜੀ ਆ ਤੁਹਾਡੇ ਲੋਕਲ ਐਮਐਲਏ ਉਹਨਾਂ ਨੇ ਸਾਡੇ ਜੇ ਉਹ ਆਉਣਗੇ ਦੇਖੋ ਗੱਲ ਇਹ ਹੈ ਵੀ ਦੂਸਰੇ ਵੀ ਫਿਰ ਦੂਜੀ ਪਾਰਟੀਆਂ ਦੇ ਵੀ ਆਉਣਗੇ ਇੱਕ ਅਸੀਂ ਪਬਲਿਕ ਦੇ ਵਿੱਚ ਬੈਠੇ ਆ ਕਿਹਨੂੰ ਰੋਕ ਨਹੀਂ ਸਕਦੇ ਇਲੈਕਸ਼ਨਾਂ ਦੇ ਵਿੱਚ নো ਡਾਊਟ ਇੱਕ ਦੋ ਬេរੀ ਹੋਰ ਬੰਦਿਆਂ ਨੇ ਸਾਨੂੰ ਅਪਰੋਚ ਕੀਤੀ ਸੀ ਉਹਨਾਂ ਨੂੰ ਮਨਾ ਕਰਤਾ ਵੀ ਪਲੀਜ਼ ਜੇ ਆਉਣਾ ਬਾਅਦ ਚ ਆ ਜਿਓ ਵੀ ਹੁਣ ਕਿਉਂਕਿ ਸਾਨੂੰ ਨਾ ਮੈਂ ਤੁਹਾਨੂੰ ਇੱਕ ਵਾਕਿਆ ਸਾਂਝਾ ਕਰਾਂ ਸਾਨੂੰ ਬੰਦਿਆਂ ਨੇ ਕਿਹਾ ਵੀ ਇਹਨਾਂ ਨੇ ਸਾਰਿਆਂ ਦੇ ਆਧਾਰ ਕਾਰਡ ਬਣਵਾ ਲਓ ਜਿੰਨੇ ਮੈਂਬਰ ਨੇ ਸਾਡੇ ਵੀ ਇਹਨਾਂ ਦੀ ਆਪ ਪੈਨਸ਼ਨ ਸ਼ੁਰੂ ਕਰਾ ਲੈਂਦੇ ਆ ਜਾਂ ਕਿ ਮੈਂ ਅਲੀ ਕਿ ਵੀ ਪੈਨਸ਼ਨ ਲੈਣ ਕੌਣ ਜਾਊ ਕਿੱਥੇ ਵੀ ਠੀਕ ਨਹੀਂ ਲੱਗਿਆ ਤੁਹਾਨੂੰ ਹਨਾ ਚਲੋ ਆਧਾਰ ਕਾਰਡ ਬਣਾਉਣ ਕਈਆਂ ਦੇ ਐਡਰੈਸ ਲੱਭਣ ਵਾਲੇ ਸੀ ਚਲੋ ਐਡਰੈਸ ਲੱਭ ਜਾਣਗੇ ਆਧਾਰ ਕਾਰਡ ਦੀ ਟੀਮ ਆ ਗਈ ਉੱਥੇ ਡੀਸੀ ਸਾਹਿਬ ਨੇ ਭੇਜਤੀ ਸਾਡੇ ਹਰਜਿੰਦਰ ਸਿੰਘ 베ਦੀ ਜੀ ਨੇ ਏਡੀਸੀ ਹੁਣ ਸ਼ਾਇਦ ਉਹ ਪਟਿਆਲੇ ਲੱਗੇ ਹੋਏ ਨੇ ਉਹ ਬਹੁਤ ਸਪੋਰਟ ਕਰਦੇ ਪਹਿਲਾਂ ਲੁਧਿਆਣੇ ਵੀ ਰਹੇ ਆ ਕੋਵਿਡ 'ਚ ਉਹਨਾਂ ਨੇ ਬਹੁਤ ਮਦਦ ਕੀਤੀ ਸਾਡੀ ਉਹਨਾਂ ਨੇ ਟੀਮ ਭੇਜਤੀ ਆਧਾਰ ਕਾਰਡ ਬਣ ਗਏ 100 ਸਵਾ 100 ਬੰਦੇ ਦੇ ਫਿਰ ਕਹਿੰਦੇ ਜੀ ਹੁਣ ਇਹਨਾਂ ਦੀ ਵੋਟ ਵੀ ਬਣਵਾ ਲਓ ਹੁਣ ਮੈਂ ਕਿਹਾ ਜੇ ਸਾਡੀ 2-400 ਵੋਟ ਬਣ ਗਈ ਪੰਨਾ ਸਾਡੇ ਪਿੰਡ ਦੀ ਸਰਪੰਚੀ ਵੀ ਸਾਡੇ ਬੀਮ ਨੋਕਤਾਰੀ ਸੇਵਾ ਹੀ ਬਣੂਗੀ ਸਰਪੰਚੀ ਦਾ 500 ਵੋਟ ਸਾਡੇ ਅੰਦਰ ਬੈਠੇ ਆ ਫਿਰ ਮੈਂ ਕਿਹਾ ਇੱਥੇ ਪੋਲੀਟਿਕਲ ਲੀਡਰਾਂ ਦਾ ਆਉਣਾ ਜਾਣਾ ਮਰਨਾ ਹੀ ਹੈ ਜਦੋਂ 500 ਵੋਟ ਅੰਦਰ ਪਈ ਆ ਤੇ ਮਤਲਬ ਅਸੀਂ ਉਹਨਾਂ ਦੀ ਉਸ ਪਾਸੇ ਨੂੰ ਵੀ ਨਹੀਂ ਤੁਰੇ ਵੀ ਵੋਟ ਬਣਮਾਈਏ ਤੇ ਨਾ ਮੈਂ ਯਕੀਨ ਮੰਨੋ ਨਾ ਮੈਂ ਇਸ ਵਾਰ ਐਮਪੀ ਦੀ ਵੋਟ ਪਾ ਕੇ ਨਾ ਪਿਛਲੀ ਵਾਰੀ ਮੈਂ ਐਮਐਮ ਦੀ ਵੋਟ ਪਾ ਕੇ ਐਮਐਲਏ ਦੀ ਵੋਟ ਪਾ ਕੇ ਮੈਂ ਵੋਟ ਪਾਉਣ ਵੀ ਨਹੀਂ ਜਾਂਦਾ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਇਹ ਗਲਤ ਗੱਲ ਆ ਲੋਕਾਂ ਨੂੰ ਕਹੀਦਾ ਪਾਓ ਭਾਈ ਇਹ ಮತਦਾਨ ਕਰਨਾ ਚੰਗੀ ਗੱਲ ਆ ਪਰ ਸਾਡੀਆਂ ਡਿਊਟੀਆਂ ਜਿਹੜੀਆਂ ਵਾਇਗਨ ਉਲਾਈਆਂ ਸਾਡੇ ਲਈ ਉਹ ਸਭ ਤੋਂ ਵੱਡੀਆਂ ਪ੍ਰੀਫਰੈਂਸ ਚਲੋ ਮੈਂ ਵਾਈਂਡ ਅਪ ਕਰਾਂ ਪਰ ਮੈਨੂੰ ਦੱਸੋ ਕਿ ਤੁਹਾਨੂੰ ਟਿਕਟ ਦੀ ਆਫਰ ਐਮਪੀ ਇਲੈਕਸ਼ਨ ਚ ਹੋਈ ਸੀ ਕਿ ਐਮਐਲਏ ਦੀ ਇਲੈਕਸ਼ਨ ਚ ਇਸ ਵਾਰ ਹੋਈਏ ਕਿ 2000 ਇਸ ਵਾਰ ਹੀ ਹੋਈ ਸੀ 2000 ਜਿਹੜੀ ਹੁਣ ਹੋ ਗਈ ਹੈ ਟੈਨ ਇਲੈਕਸ਼ਨ ਉਹ 24 ਵਾਲੀ ਜਿਹੜੀ ਹੁਣ ਲੋਕ ਸਭਾ ਦੀ ਹੋਈ ਹੈ ਲੁਧਿਆਣੇ ਵਾਲੀ ਟਿਕਟ ਨਾ ਆਫਰ ਹੋਈ ਸੀ ਓਈ ਹੋ ਗਈ ਜੀ ਹੋਰ ਕਿਹੜੀ ਹੋਣੀ ਹੈ ਸਾਡੇ ਕੋਲ ਬੰਦੇ ਆਏ ਸੀ ਮੈਂ ਨਹੀਂ ਕਹਿੰਦਾ ਵੀ ਉਹ ਉਹਨਾਂ ਨੇ ਵੱਡੇ ਵੱਡੇ ਨਾਮ ਵੀ ਲਏ ਤੇ ਉਹਨਾਂ ਨੇ ਸਾਡੇ ਰਿਸ਼ਤੇਦਾਰਾਂ ਨਾਲ ਹੀ ਵੀ ਗੱਲ ਕਰੀ ਤੋ ਸਾਡਾ ਰਿਸ਼ਤੇਦਾਰ ਵੀ ਉਹਦੇ ਗਾਲੀ ਪੈ ਗਿਆ ਕਹਿੰਦਾ ਤੁਸੀਂ ਉਹਨੂੰ ਸੇਵਾ ਕਰ ਲੈਣਾ ਮੈਂਨੇ ਦਿੱਲੀ ਵਾਲਿਆਂ ਦੇ ਨਾਮ ਲਾਈ ਸੀ ਹਾਂ ਦਿੱਲੀ ਵਾਲਿਆਂ ਦੇ ਲਏ ਨਾਂ ਜਾਂ ਮਰਿਆ ਨਹੀਂ ਕਿ ਦੋ ਤਿੰਨ ਵੱਡੀਆਂ ਪਾਰਟੀਆਂ ਉਹਨਾਂ ਦੇ ਵਿੱਚੋਂ ਕੋਈ ਆਇਆ ਤੁਹਾਡੇ ਕੋਲ ਕੋਈ ਤਾਂ ਆਇਆ ਹੀ ਹੋ ਜੀ ਹਨਾ ਪਰ ਮੇਰੀ ਬੇਨਤੀ ਹੱਥ ਜੋੜ ਕੇ ਵੀ ਸੰਗਤ ਨੂੰ ਵੀ ਜੇ ਕਿਤੇ ਅਸੀਂ ਵੀ ਤੁਹਾਡੇ ਮੂਹਰੇ ਆ ਕੇ ਖੜੇ ਹੋ ਜਾਈਏ ਜੋੜ ਕੇ ਹੱਥ ਵੀ ਅਸੀਂ ਕਹੀ ਸਾਨੂੰ ਵੋਟਾਂ ਪਾਵੋ ਸਾਨੂੰ ਬਿਲਕੁਲ ਨਾ ਪਾਓ